बसमिल्लाम असल मेहमान तो मैं हाँ मेज़बान सोनिया शेख तो प्रोग्राम मेरे मौजूद ने मेरे को सब्शाम जी आयान इस उम्मीद के सारे जिथे भी होवोगे राजी होवोगे खुश होवोगे अपना बहुत ध्यान रखते होवोगे तो ना सिर्फ अपना अपने जुड़े हुए रिश्तिया का भी बहुत ध्यान रखते होवोगे अज फिर एक नवी शाम नमें पर ਤੇ ਨਵੇਂ ਸਵਾਲਾਂ ਦੇ ਨਾਲ ਅਸੀਂ 따ੜੀ ਖਿਦਮਤ ਵਿੱਚ ਆਜ਼ੇ ਨਾ ਐਸ ਤੋਂ ਪਹਿਲੇ ਕਿ ਤਾਨੂੰ ਆਪਣੇ ਮਹਿਮਾਨਾਂ ਨਾਲ ਮਿਲਾਵਾ ਮੈਂ ਵੰਡੀ ਦੀ ਚਲਾ ਸਾਂਝੀ ਕਰਦੀ ਚਲਾ ਅੱਜ ਦੀ ਗੱਲ ਤੇ ਅੱਜ ਦੀ ਗੱਲ ਹੈ ਵੀ ਦੋਸਤੋ ਕਿ ਅਸੀਂ ਅਕਸਰ ਉਹਨਾਂ ਲੋਕਾਂ ਤੋਂ ਬਹੁਤ متاثر ਹੁੰਨੇ ਆ ਜਿਹੜੇ ਅੰਗਰੇਜ਼ੀ ਲਿਬਾਸ ਪਾਉਂਦੇ ਹੋਣ ਜਾਂ ਫਿਰ ਅੰਗਰੇਜ਼ੀ ਬੋਲਦੇ ਹੋਣ ਤੇ ਲਿਬਾਸ ਦੇ ਬਾਰੇ ਵਿੱਚ ਮੈਂ ਗੱਲ ਦੱਸਦੀ ਚਲਾ ਕਿ ਲਿਬਾਸ ਹਮੇਸ਼ਾ 따ੜੀ ਸ਼ਖਸੀਅਤ 따ੜੇ ਅੰਦਾਜ਼ ਦੇ ਮੁਤਾਬਿਕ ਹੋਣਾ ਚਾਹੀਦਾ ਹੈ ਔਪਾਵੇਂ ਹੋਵੇ ਦੇਸੀ ਤੇ ਪਾਵੇਂ ਹੋਵੇ ਬਲੈਤੀ ਸਾਫ਼ ਸੁਥਰਾ ਹੋਵੇ ਐਸਾ ਹੋਵੇ ਜਿਹੜਾ ਤਾਨੂੰ ਮੌਸਮ ਦੀ ਤੇ ਮਾਹੌਲ ਦੀ ਜਿਦਦ ਤੋਂ ਬਚਾਉਂ ਤੇ ਜੇ ਗੱਲ ਕਰਾਂ ਅੰਗਰੇਜ਼ੀ ਦੀ ਤੇ ਇਸ ਕਨਸੈਪਟ ਨੂੰ ਆਪਣੇ ਜ਼ਿਹਨ ਵਿੱਚੋਂ ਕੱਢ ਦਿਓ ਕਿ ਸਿਰਫ ਅੰਗਰੇਜ਼ੀ ਬੋਲਣ ਵਾਲਾ ਹੀ ਪੜਿਆ ਲਿਖਿਆ ਹੁੰਦਾ ਹੈ ਆਦਬ ਤੋਂ ਲੈ ਕੇ ਸਾਇੰਸ ਤੱਕ ਸਾਨੂੰ ਬਹੁਤ ਕੁਝ ਪੜਨ ਨੂੰ ਤੇ ਸਿੱਖਣ ਨੂੰ ਮਿਲਦਾ ਹੈ ਤੇ ਆਪਣੀ ਮਾਂ ਬੋਲੀ ਨਾਲ ਪਿਆਰ ਕਰੋ ਕਿਉਂਕਿ ਵੱਡੀਆਂ ਕੌਮਾਂ ਜਿੰਨੀਆਂ ਵੀ ਨੇ ਉਹਨਾਂ ਸਿਰਫ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੀਆਂ ਨੇ ਬਲਕਿ ਉਹ ਇਸ ਪਿਆਰ ਦਾ ਇਜ਼ਹਾਰ ਵੀ ਆਪਣੀ ਮਾਂ ਬੋਲੀ ਜ਼ੁਬਾਨ ਵਿੱਚ ਕਰਦੀਆਂ ਨੇ ਜੀ ਬਿਲਕੁਲ ਔਰ ਜਿਵੇਂ ਕਿ ਸੋਨੀਆ ਨੇ ਦੱਸਿਆ ਤੁਹਾਨੂੰ ਕਿ ਜ਼ੁਬਾਨ ਜਿਹੜੀ ਹੁੰਦੀ ਹੈ ਉਹ ਰابطੇ ਆਸਤੇ ਹੁੰਦੀ ਹੈ ਇਜ਼ਹਾਰ ਰਸਤੇ ਹੁੰਦੀ ਹੈ ਨਾ ਕਿ ਉਹਨੂੰ ਬੋਲਣ ਨਾਲ ਤੁਸੀਂ ਕੋਈ ਅਕਲਮੰਦ ਜਾਂ ਕੁਝ ਵੀ ਹੋਰ ਹੋ ਸਕਦੇ ਹੋ ਫਿਰ ਲਿਬਾਸ ਦੀ ਗੱਲ ਹੋਈਏ ਤੇ ਇੱਕ ਚੀਜ਼ ਸਾਨੂੰ ਹੋਰ ਗੌਰ ਕਰਨੀ ਪੈਗੀ ਕਿ ਲਿਬਾਸ ਮੌਸਮ ਦੇ ਤਬਾਅ ਨਾਲ ਹੁੰਦੇ ਆ ਦੁਨੀਆ ਦੇ ਵਿੱਚ ਜਿਵੇਂ ਪੰਜਾਬ ਵਿੱਚ ਅਗਰ ਅਸੀਂ ਗੌਰ ਕਰੀਏ 8-10 ਮਹੀਨੇ ਗਰਮੀ ਰਹਿੰਦੀ ਹੈ ਇਸ ਕਰਕੇ ਸਾਡੇ ਕੱਪੜੇ ਜਿਹੜੇ ਨੇ ਉਹ ਖੁੱਲੇ ਡੁੱਲੇ ਅਸੀਂ ਲਾਚਾ ਬੰਨਨੇ ਆ ਜਾਂ ਕੋਈ ਐਸਾ ਸਟੱਫ ਪਾਣਨੇ ਆ ਜਿਹੜਾ ਕਿ ਸਾਨੂੰ ਗਰਮੀ ਤੋਂ ਬਚਾਉਂਦਾ ਔਰ ਇਸੇ ਤਰ੍ਹਾਂ ਅਗਰ ਅਰਬ ਦੀ ਗੱਲ ਕਰੀਏ ਉਥੇ ਜਿਹੜਾ ਹੈ ਇੱਕ ਖਾਸ ਤਰ੍ਹਾਂ ਦਾ ਲਿਬਾਸ ਹੁੰਦਾ ਹੈ ਸਿਰ ਤੋਂ ਲੈ ਕੇ ਪੈਰ ਤੱਕ ਤਾਕੇ ਉਹ şiddat ਤੋਂ ਬਚਾ ਸਕੇ ਤੇਜ਼ ਜਿਹੜੀ ਧੁੱਪ ਪੈਂਦੀ ਹੈ ਜਾਂ ਲੂ ਜਿਹੜੀ ਚੱਲਦੀ ਹੈ ਉਹਦੇ ਤੋਂ ਬਚਾ ਸਕੇ ਯੂਰਪ ਦੀ ਗੱਲ ਕਰ ਲਈਏ ਤੇ ਸਾਨੂੰ ਇਸ ਤਰ੍ਹਾਂ ਦੇ ਕੱਪੜੇ ਪਾਣੇ ਪੈਂਦੇ ਨੇ ਜਿਹੜੇ ਕਿ ਇੱਕ ਤੋਂ ਜ਼ਿਆਦਾ ਲੇਅਰਸ ਹੋਣ ਔਰ ਮੋਟਾ ਕਪੜਾ ਹੋਵੇ ਤਾਂ ਕਿ ਅਸੀਂ ਠੰਡ ਕੋਲ ਬਚ ਸਕੀਏ ਤੇ ਲਿਬਾਸ ਸਾਨੂੰ ਸੂਟ ਨਹੀਂ ਕਰਦਾ ਜਿਵੇਂ ਅਗਰ ਫਰਜ਼ ਕਰੋ ਪੈਂਟ ਕੋਟ ਪਾ ਕੇ ਤੁਸੀਂ ਮਈ ਜੂਨ ਦੇ ਮਹੀਨੇ ਵਿੱਚ ਸੜਕ ਤੇ ਟੁਰਦੇ ਹੋਵੋ ਯਕੀਨੀ ਤੌਰ ਤੇ ਚੱਕਰ ਹੀ ਆਉਣਾ ਤੁਹਾਨੂੰ ਇਸ ਤੋਂ ਇਲਾਵਾ ਤੇ ਕੁਝ ਹੋ ਨਹੀਂ ਸਕਦਾ ਇਸ ਲਈ ਲਿਬਾਸ ਵਿੱਚ ਅਕਲਮੰਦੀ ਨਹੀਂ ਔਰ ਕਿਸੇ ਜ਼ੁਬਾਨ ਚ ਅਕਲਮੰਦੀ ਨਹੀਂ ਅਕਲਮੰਦੀ ਇਨਸਾਨ ਵਿੱਚ ਔਰ ਲਿਬਾਸ ਪਹਿਨਾਵਾ ਤੁਹਾਨੂੰ ਜਿਹੜਾ ਹੈ ਇੱਕ ਜ਼ਾਤ ਇੱਕ ਕੈਰੇਕਟਰ ਔਰ ਇੱਕ ਇੱਜ਼ਤ ਨਵਾਜ਼ਦਾ ਆਪਣੀ ਜ਼ੁਬਾਨ ਨਾਲ ਟੇਰਾ ਟੇਰ ਪਿਆਰ ਕਰੋ ਉਹਦੀ ਇੱਕ ਕੋਸ਼ਿਸ਼ ਹੈ ਪ੍ਰੋਗਰਾਮ ਮੈਂ ਅੱਜ ਦਾ ਮਹਿਮਾਨ ਜਿਹੜਾ ਅੱਗੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਕਰਨੀ ਹੈ ਔਰ ਬਿਲਕੁਲ 21 ਫਰਵਰੀ ਨੂੰ ਮਾਦਰੀ ਜ਼ੁਬਾਨਾ ਦਾ ਆਲਮੀ ਦਿਨ ਮਨਾਇਆ ਜਾਏਗਾ ਮਾਂ ਬੋਲੀ ਦਿਹਾੜਾ ਮਨਾਇਆ ਜਾਏਗਾ ਤੁਸੀਂ ਵੀ ਜ਼ਰੂਰ ਮਨਾਣਾ ਆਪਣੇ ਸੋਸ਼ਲ ਮੀਡੀਆ ਤੇ ਵੀ ਔਰ ਜਿੱਥੇ ਵੀ ਤੁਹਾਨੂੰ ਪوج ਦਾ ਸਰਦਾ ਹੋਵੇ ਆਪਣੀ ਜ਼ੁਬਾਨ ਦਾ ਇਜ਼ਹਾਰ ਕਰਨਾ ਕਿ ਐ ਸਾਡੀ ਮਾਂ ਬੋਲੀ ਜੀ ਹਾਂ ਤੇ ਹੁਣ ਆਪਣੇ ਪਹਿਲੇ ਮਹਿਮਾਨ ਦਾ ਮੈਂ ਤਾਰਿਫ ਕਰਵਾਨੀ ਆ ਅੱਜ ਜਿਹੜੇ ਸਾਡੇ ਪਹਿਲੇ ਮਹਿਮਾਨ ਨੇ ਇਹ ਲੱਕੜੀ ਨਾਲ ਖੇਡਣ ਦਾ ਤੇ بے ਜਾਨ ਲੱਕੜੀ ਵਿੱਚ ਜਾਨ ਪਾਉਣ ਦਾ ਹੁਨਰ ਬੜੀ ਸੋਹਣੇ ਤਰੀਕੇ ਨਾਲ ਜਾਂਦੇ ਨੇ ਕਿੰਜ ਉਹ ਇੰਜ ਕਿ ਮੂਰਤੀ ਬਣਾਉਂਦੇ ਨੇ ਤੇ ਇੰਜ ਲੱਗਦਾ ਜਿਵੇਂ ਹੁਨੇ ਬੋਲ ਪੇਗੀ ਤੇ ਜੇ ਇਹ ਕੋਈ ਕਾਰ ਜਾਂ ਕੋਈ ਨਕਸ਼ਾ ਬਣਾਉਂਦੇ ਨੇ ਤੇ ਇੰਜ ਲੱਗਦਾ ਜਿਵੇਂ ਸੁਪਨਿਆਂ ਦਾ ਘਾਰ ਹੋਵੇ ਤੇ ਜੇ ਸ਼ਹਿਰ ਦਾ ਕੋਈ ਨਕਸ਼ਾ ਬਣਾਉਂਦੇ ਨੇ ਤੇ ਇੰਜ ਲੱਗਦਾ ਜਿਵੇਂ ਕਿਸੇ ਜਾਦੂਗਰ ਦੀ ਕਾਰੀਗਰੀ ਹੈ ਜੀ ਹਾਂ ਸਾਡੇ ਨਾਲ ਮੌਜੂਦ ਨੇ ਪਹਿਲਵਾਨਾਂ ਦੇ ਸ਼ਹਿਰ ਤੋਂ ਤਾਲੁਕ ਰੱਖਣ ਵਾਲੇ ਮੁਗਲ सलीम ਸਾਹਿਬ ਅਸਲਾਮ ਵਾਲੇਕਮ ਵਾਲੇਕਮ ਸਲਾਮ ਸਲੀਮ ਮੁਗਲ ਸਾਹਿਬ ਤੁਹਾਨੂੰ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਆ ਬਿਸਮਿਲਲਾ ਕਿਹਦਾ ਲੱਗ ਰਿਹਾ ਪ੍ਰੋਗਰਾਮ ਵਿੱਚ ਜਾ ਕੇ ਬਹੁਤ ਖੂਬਸੂਰਤ ਬੜਾ ਅੱਛਾ ਲੱਗ ਰਿਹਾ ਆਪਣੇ ਬਾਰੇ ਕੁਝ ਦੱਸੋ ਸਾਡੇ ਵੇਖਣ ਵਾਲਿਆਂ ਨੂੰ ਅੱਲਾ ਸੋਹਨੇ ਨੇ ਮੈਨੂੰ ਇੱਕ ਐਸਾ ਹੁਨਰ ਦੇ ਕੇ نوازਿਆ ਕਿ ਐ ਸੁਨਰ ਦੀ ਵਜਨ ਨਾਲ ਪੂਰੀ ਦੁਨੀਆ ਦੇ ਅੰਦਰ ਪਾਕਿਸਤਾਨ ਦਾ ਨਾਮ ਵੀ ਬਹੁਤ ਆਲਾ ਮਕਾਮ ਤੱਕ ਚਲਾ ਗਿਆ ਹੈ ਔਰ ਇਹਨਾਂ ਹੱਥਾਂ ਨਾਲ ਇੰਨੇ ਕੁ ਮਾਡਲ ਬਣ ਗਏ ਨੇ ਜਿਨ੍ਹਾਂ ਦੇ ਉੱਤੇ ਮੇਰੇ ਚਾਹਣ ਵਾਲੇ ਲੋਕ ਮੇਰੇ ਮੁਲਕ ਦੇ ਲੋਕ ਸੈਰ ਕਰਦੇ ਨੇ ਰਹਿੰਦੇ ਨੇ ਬੰਦੇ ਨੇ ਠੀਕ ਹੈ ਜੀ ਸੌਂਦੇ ਨੇ ਔਰ ਉਹਦੀ ਇੰਜੋਏ ਵੀ ਕਰਦੇ ਨੇ ਬਹੁਤ ਸ਼ੁਕਰੀਆ ਮਗਲ ਸਾਹਿਬ ਜਿਵੇਂ ਕਿ ਸੋਨੀਆ ਨੇ ਦੱਸਿਆ ਸੀ ਕਿ ਲੱਕੜੀ ਦੇ ਨਾਲ ਇਸ ਤਰ੍ਹਾਂ ਦੇ ਮਾਡਲ ਬਣਾਉਂਦੇ ਨੇ ਕਿ ਜਾਣ ਪੈ ਜਾਂਦੀ ਹੈ ਲੇਕਿਨ ਅੱਖਰਾਂ ਦੇ ਨਾਲ ਸਫੇ ਦੇ ਉੱਤੇ ਜਾਣ ਪਾਉਂਦੀਆਂ ਨੇ ਔਰ ਇਸ ਤਰ੍ਹਾਂ ਦੀ ਸ਼ਾਇਰੀ ਤਖਲੀਕ ਕਰਦੀਆਂ ਨੇ ਕਿ ਹਰ ਕਿਸੇ ਦੇ ਜਜ਼ਬਾਤ ਦਾ ਉਹਦੇ ਵਿੱਚ ਇਜ਼ਹਾਰ ਜ਼ਰੂਰ ਹੋ ਜਾਂਦਾ ਸਹਾਫਤ ਨਾਲ ਵੀ ਇਹਨਾਂ ਦਾ ਤਾਲੁਕ ਹੈ ਉਰਦੂ ਔਰ ਪੰਜਾਬੀ ਦੋ ਜ਼ੁਬਾਨਾਂ ਦੇ ਵਿੱਚ ਇਹ ਸ਼ਾਇਰੀ ਕਰਦੀਆਂ ਨੇ ਪ੍ਰਵੀਨ ਸੱਜਲ ਸਾਹਿਬ ਜੀ ਆਇਆਂ ਨੂੰ ਕਹਿੰਦੇ ਆ ਤਾਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਕਿਹਸੀ ਤਬੀਅਤ ਹੈ ਤੁਹਾਡੀ ਬਹੁਤ ਅਲਹਮਦੁਲਿਲਾ ਸਿਆਲ ਦੇ ਵਿੱਚ ਤਬੀਅਤ ਜ਼ਿਆਦਾ ਖੁਸ਼ਗਵਾਰ ਹੋ ਜਾਂਦੀ ਪੰਜਾਬੀਆਂ ਦੀ ਕਹਿੰਦਾ ਮਿੱਠੇ ਮਿੱਠੇ ਖਾਬੇ ਅਸੀਂ ਖਾਣੇ ਆ ਪਿੰਨੀਆਂ ਹੋ ਗਈਆਂ ਜਾਂ ਗਜਰੇਲਾ ਹੋ ਗਿਆ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਔਰ ਫਿਰ ਕਪੜੇ ਵੀ ਬੜੇ ਰੰਗ ਰੰਗੇ ਲੈ ਪਾ ਲੇ ਮੈਨੂੰ ਬਹੁਤ ਅੱਛਾ ਲੱਗਿਆ ਯਾਨੀ ਕਿ ਤੁਹਾਡਾ ਇੱਕ ਤੇ ਲਾਈਵ ਪ੍ਰੋਗਰਾਮ ਤੁਹਾਡਾ ਜਾ ਰਿਹਾ ਹੈ ਔਰ ਖਾਸ ਤੌਰ ਦੇ ਤੇ ਆਪਣੀ ਰਹਿਤ ਆਪਣੀ ਮਾਂ ਬੋਲੀ ਦੇ ਨਾਲ ਔਰ ਉਹਦਾ ਆਪਣਾ ਰਚਾਓ ਹੈ ਉਹਦੀ ਆਪਣੀ ਕਾਫੀਆ ਤੇ ਔਰ ਜਿਹੜੇ ਜਿਹੜੀ ਹੈ ਜਿਹੜੀਆਂ ਜਿਹੜੀਆਂ ਕੌਮਾਂ ਤੁਸੀਂ ਪਹਿਲੇ ਵੀ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਤੇ ਉਹ ਬੜੀ ਇੱਕ ਬੁਨਿਆਦੀ ਗੱਲ ਸੀ ਕਿ ਤੁਸੀਂ ਤਰੱਕੀ ਵੀ ਉਦੋਂ ਹੀ ਕਰਦੇ ਹੋ ਜਦੋਂ ਤੁਸੀਂ ਆਪਣੀ ਮਾਂ ਬੋਲੀ ਨਾਲ ਜੁੜੇ ਹੁੰਦੇ ਹੋ ਬਿਲਕੁਲ ਸਹੀ ਤੁਹਾਡੀਆਂ ਉਹ ਠੀਕ ਹੈ ਸਾਡੇ ਕੁਝ ਬਹੁਤ ਸਾਰੇ ਮਸਾਇਲ ਉਹ ਆਪਣੀ ਜਗ੍ਹਾ ਹੈ ਲੇਕਿਨ ਮੈਂ ਕਹਾਂਗੀ ਕਿ ਇਸ ਪੈਨਲ ਦੇ ਉੱਤੇ ਆ ਕੇ ਕਿ ਸਾਨੂੰ ਚਾਹੀਦਾ ਹੈ ਕਿ ਆਪਣੀ ਮਾਂ ਬੋਲੀ ਨੂੰ ਜ਼ਿਆਦਾ ਤੋਂ ਜ਼ਿਆਦਾ ਤਰਜੀਹ ਦਿੱਤੀ ਜਾਏ ਅੱਜ ਦੇ ਬਾਲਾਂ ਕੋਲੋਂ ਸਾਡੀ ਮਾਂ ਬੋਲੀ ਦੀ ਉਹ ਜੀ ਚਾਸ਼ਨੀ ਹੈ ਨਾ ਉਹ ਨਹੀਂ ਹੈ ਉਹ ਨਗਵਾਚੇ ਉਹ ਕਿਤੇ ਹਾਂਜੀ ਉਹ ਗਵਾਚੀ ਉਹ ਸੀ ਆਪਣੇ ਹੱਥੀਂ ਯਾਨੀ ਕਿ ਸਮਝੋ ਕਿ ਅਸੀਂ ਗਵਾ ਦਿੱਤੀ ਹੈਗੀ ਹੈ ਤੇ ਅਗਰ ਹੁਣ ਵੀ ਅਗਰ ਅਸੀਂ ਉਹਨੂੰ ਲੈ ਲਈਏ ਹੋਂ ਵੀ ਆਪਣੇ ਬੱਚਿਆਂ ਨੂੰ ਆਪਣੇ ਕਰਾਮ ਵਿੱਚ ਜਿਸ ਤਾਂ ਕਿ ਖਾਸ ਤੌਰ ਤੇ ਪੰਜਾਬ ਦੇ ਲੋਕ ਜਿਹੜੇ ਹਨ ਅਸੀਂ ਲੋਕ ਜਿਹੜੇ ਹਨ ਅਸੀਂ ਸਮਝ ਨਹੀਂ ਆਉਂਦਾ ਕਿ ਕਿਉਂ ਅਸੀਂ ਇਸ ਚੀਜ਼ ਨੂੰ ਮਤਲਬ ਤੇ ਨੈਗਲੈਕਟ ਕਰਦੇ ਹਾਂ ਕਿਉਂ ਅਸੀਂ ਨਹੀਂ ਬੋਲਣਾ ਜ਼ਿਆਦਾ ਪਸੰਦ ਕਰਦੇ ਗੱਲ ਅੱਗੇ ਵਿਦਾਨਣ ਤੋਂ ਪਹਿਲੇ ਮੈਂ ਚਾਹ ਰਿਹਾ ਸੀ ਕਿ ਥੋੜੀ ਜੀ ਤੁਹਾਡੀ ਸ਼ਾਇਰੀ ਸੁਣ ਲਈਏ ਤਾਂ ਕਿ ਅਸੀਂ ਇੱਕ ਸ਼ਾਇਰਾਨਾ ਰਿਦਮ ਵਿੱਚ ਉਸ ਮਾਹੌਲ ਦੇ ਵਿੱਚ ਚਲੇ ਜਾਈਏ ਦੀਵੇ ਬਲਨ ਉਹਨਾਂ ਦੀ ਕਬਰੀ ਜਿਨ੍ਹਾਂ ਉਮਰ ਹਯਾਤੀ ਬਾਲੀ ਚੱਲੀਏ ਵਾ ਵਾ ਦੀਵੇ ਬਲਨ ਉਹਨਾਂ ਦੀ ਕਬਰ ਜਿਹਨਾਂ ਉਮਰ ਹਿਆਤੀ ਬਾਲੀ ਚੱਲੀ ਤੇ ਨਫਸ ਦੇ ਬੂਏ ਕੁੱਤਾ ਬਣ ਕੇ ਜਿਹਨਾਂ ਨਫਸ ਕੀਤੀ ਰਖਵਾਲੀ ਚੱਲੀ ਵਾ ਵਾ ਨਫਸ ਦੇ ਬੂਏ ਕੁੱਤਾ ਬਣ ਕੇ ਜਿਹਨਾਂ ਨਫਸ ਕੀਤੀ ਰਖਵਾਲੀ ਚੱਲੀਏ ਉਹਨਾਂ ਦੀ ਰਾਹ ਸਿਜਲ ਸਵੱਲੀ ਉਹੀ ਮੰਜ਼ਲ ਪਾਰੂ ਹੋਏ ਉਹਨਾਂ ਦੀ ਰਾਹ ਸਿੱਜਲੇ ਸਵੱਲੀ ਉਹੀ ਮੰਜ਼ਲ ਪਾਰੂ ਹੋਏ ਜਿਨ੍ਹਾਂ ਮੁਰਸ਼ਦ ਦੀ ਗੱਲ ਪੱਲੇ ਬੰਨੀ ਕੀਤੀ ਆਜ ਜਗਾਲੀ ਚੱਲੀਏ ਵਾ ਵਾ ਇੱਕ ਦੋ ਸ਼ੇਰ ਹੋਰ ਇਸੇ ਵਾਲੇ ਦੇ ਉਹ ਮੈਂ ਆਪਣੀ ਇਜਾਤ ਵਾਸਤੇ ਅਕਸਰ ਕਹਿੰਦੀ ਹਾਂ ਕਿ ਸਾਰੀ ਪਲੀਤੀ ਮਨ ਵਿੱਚ ਰੱਖ ਕੇ ਮਾਨ ਕਰਹਿੰਦੀ ਫਿਰਦੀ ਚੱਲੀਏ ਤੇ ਸਾਰੀ ਉਮਰ ਨੂੰ ਚੁੱਲ੍ਹੇ ਪਾਇਆ ਹਾਂਡੀ ਕਚਮ ਕੱਚੀ ਚੱਲੀਏ ਵਾ ਵਾ ਸਾਰੀ ਪਲੀਤੀ ਮਨ ਵਿੱਚ ਰੱਖ ਕੇ ਮਾਨ ਕਰੇਂਦੀ ਫਿਰਦੀ ਚੱਲੀਏ ਸਾਰੀ ਉਮਰ ਨੂੰ ਚੁੱਲ੍ਹੇ ਪਾਇਆ ਠਾਂਡੀ ਕੱਚਮ ਕੱਚੀ ਚੱਲੀਏ ਤੇ ਚਾਂਦੀ ਵਾਲੇ ਛੰਨੇ ਪਾਵੇਂ ਦੁੱਧ ਮਲਾਈ ਰਖੀਏ ਪਰ ਪਰ ਚਾਂਦੀ ਵਾਲੇ ਛੰਨੇ ਪਾਵੇਂ ਦੁੱਧ ਮਲਾਈ ਰਖੀਏ ਪਰ ਪਰ ਜਾਗ ਸਿਜਲ ਬਿਨ ਮੁਰਸ਼ਦ ਲਗਦੀ ਨ ਬੰਦੀ ਦੁੱਧ ਚ ਫੁੱਟੀ ਚੱਲੀਏ ਵਾਹ ਬਹੁਤ ਖੂਬਸੂਰਤ ਬਹੁਤ ਹੀ ਵਧੀਆ ਪੂਰਾ ਪੰਜਾਬ ਦਾ ਰੰਗ ਵੀ ਉਸੇ ਤਰ੍ਹਾਂ ਆ ਰਿਹਾ ਕਿ ਜਿਵੇਂ ਪ੍ਰਵੀਨ ਸਾਹਿਬਾ ਨੇ ਪਹਿਲਾਂ ਪੰਜਾਬ ਹੰਡਾਇਆ ਹੈ ਹੈਨਾ ਔਰ ਫਿਰ ਤਸੱਵੁਫ ਚ ਗੁੰਨੇ ਹੈ ਔਰ ਫਿਰ ਉਹਨੂੰ ਜਿਹੜਾ ਹੈ ਉਹਨੂੰ ਲਿਖਿਆ ਤੁਸੀਂ ਕਹਿ ਰਹੇ ਸੀ ਕਿ ਪੰਜਾਬੀ ਵਾਸਤੇ ਤੁਹਾਨੂੰ ਕਿਸੇ ਐਡਿਕਸ਼ਨ ਦੀ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਬਿਲਕੁਲ ਸਹੀ ਜਦ ਕਿ ਇਹਦੇ ਕੋਈ ਸ਼ੈਕਰੀ ਸੀ ਜਿਹਨੂੰ ਦੂਸਰੀਆਂ ਜ਼ਬਾਨਾਂ ਚ ਲਿਖਦੇ ਆ ਨਾ ਉਹਦੇ ਬਹੁਤ ਸਾਰਾ ਤੁਹਾਨੂੰ ਪੜਨਾ ਵੀ ਚਾਹੀਦਾ ਔਰ ਪੜਨਾ ਪੈਂਦਾ ਵੀ ਹੈ ਔਰ ਫਿਰ ਆਗੁਰਦ ਦਾ ਉਹਦੇ ਵਿੱਚ ਜ਼ਿਆਦਾ ਮਾਮਲਾ ਰਹਿੰਦਾ ਇਹਦੇ ਵਿੱਚ ਮੈਨੂੰ ਲੱਗਦਾ ਆਮ ਜ਼ਿਆਦਾ ਹੁੰਦੀ ਹੈ ਸ਼ਾਇਦ ਮਾਮਬੋਲੀ ਹਾਂਜੀ ਮਾਮਬੋਲੀ ਐਸੀ ਚੀਜ਼ ਹੈ ਕਿ ਜਿਹਦੇ ਵਿੱਚ ਤੁਹਾਨੂੰ ਕੋਈ ਏਡੀ ਉਹ ਹੀ ਕਹਿਣਾ ਕਿ ਔਖਤ ਨਹੀਂ ਗੋ ਅਟਕਲ ਨਹੀਂ ਹੈ ਕਿ ਤੁਸੀਂ ਸਾਰਾ ਉਹ ਤੁਹਾਡੇ ਅੰਦਰ ਹੀ ਨਿਕਲਦਾ ਹੈ ਹਮ ਯਾਨੀ ਕੋਈ ਵੀ ਲਿਖਣ ਵਾਲਾ ਮੈਂ ਕਹਿੰਨੀ ਹਾਂ ਕਿ ਇਹਦੇ ਵਿੱਚ ਕੋਈ ਵੀ ਲਿਖਣ ਵਾਲਾ ਜਿਹੜਾ ਕਿਸੇ ਵੀ ਸਿਨਫ ਵਿੱਚ ਲਿਖਣ ਵਾਲਾ ਜਿਹੜਾ ਉਹ ਜਦੋਂ ਮਾਮਬੋਲੀ ਦੀ ਤਰਫ ਆਂਦਾ ਹੈ ਨਾ ਉਦੋਂ ਦਾ ਕਲਮ ਇਸੇ ਇਸੇ ਤਰ੍ਹਾਂ ਹੀ ਚੱਲਦਾ ਜਿੱਦਾਂ ਰਮਾਨੀ ਦੇ ਨਾਲ ਜਿਸ ਤਰ੍ਹਾਂ ਕੋ دریا ਦਾ ਪਾਣੀ ਚੱਲਦਾ ਪਿਆ ਜੀ ਪ੍ਰਿੰਸ ਸਾਹਿਬ ਇਹ ਦੱਸੋ ਕਿ ਤੁਸੀਂ ਤੇ ਸ਼ਾਇਰੀ ਨਾਲ ਜੁੜੇ ਹੋਏ ਹੋ ਤੇ ਅੱਜ ਕੱਲ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜੀ ਸ਼ਾਇਰੀ ਹੋ ਰਹੀ ਹੈ ਸਪੈਸੀਫਿਕਲੀ ਨਸਰ ਦੀ ਅਸੀਂ ਥੋੜੀ ਜਿਹੀ ਸੈਪਰੇਟ ਗੱਲ ਕਰਾਂਗੇ ਬਾਅਦ ਵਿੱਚ ਨਵੀਆਂ ਕੁੜੀਆਂ ਜਿਹੜੀਆਂ ਲਿਖ ਰਹੀਆਂ ਨੇ ਸ਼ਾਇਰਾ ਆ ਰਹੀਆਂ ਨੇ ਫਿਰ ਮੁੰਡੇ ਬੱਚੇ ਆ ਰਹੇ ਨੇ ਫਿਰ ਅਸਹਾਬ ਵੀ ਆ ਰਹੇ ਨੇ ਖਾਤਿਰ ਇਹ ਵੀ ਲਿਖ ਰਹੀਆਂ ਨੇ ਕੀ ਵੇਰਵਾ ਇੱਕ ਛੋਟਾ ਜਿਹਾ ਕਰ ਦੋ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਦੀ ਕੁਆਂਟੀਟੀ ਕੁਆਲਿਟੀ ਦੇ ਇਤਬਾਰ ਨਾਲ ਸਹਾਰੀ ਹੋ ਰਹੀ ਹੈ ਜਿੱਥੇ ਤੱਕ ਆ ਵੀ ਗੱਲ ਕੇ ਕੁਆਂਟੀਟੀ ਤੇ ਜਿੱਥੇ ਤੱਕ ਕੁਆਲਿਟੀ ਕੁਆਲਿਟੀ ਦੀ ਤਰਫ ਸਾਨੂੰ ਜਿਹੜੀ ਹੈ ਨਾ ਉਹ ਤوجਹ ਦੇਣੀ ਚਾਹੀਦੀ ਹੈ ਸਹੀ ਅਸਲ ਪਤਾ ਕੀ ਹੈ ਅਸੀਂ ਇਹਨੂੰ ਬੜਾ ਆਸਾਨ ਜ਼ਬਾਨ ਸਮਝਿਆ ਜਦਕਿ ਪੰਜਾਬੀ ਇਹ ਢੀ ਆਸਾਨ ਜ਼ਬਾਨ ਨਹੀਂ ਹੈ اگر ਤੁਸੀਂ پڑھو اپنا وارث شاہ ਨੂੰ پڑھو ਤੇ ਕਹਿੰਦੇ ਆ ਜੀ وارث شاہ ਨੇ ਜਦੋਂ وارث شاہ ਹੀ وارث شاہ ਲਿਖੀ ਹੈ ਤੇ ਉਸ ਵਕਤ ਦੇ ਲੋਕਾਂ ਨੇ ਆਖਿਆ ਜੀ ਇਹ ਬੜੀ ਇੱਕ اٹਕਦੀ ਹੈ ਇਹ ਉਹ ਕਿਉਂਕਿ ਉਹਦੀ وجہ ਐ ਸੀ ਕਿ ਉਹਨਾਂ ਨੇ ਉਹ ਗੱਲਾਂ ਉਹ ਲਫ਼ਜ਼ ਉਹ ਡਿਕਸ਼ਨ ਵਿੱਚ ਇਸਤੇਮਾਲ ਕੀਤਾ ਸੀ ਇਹ ਲੋਕਾਂ ਨੂੰ ਉਹ ਬੇਸ਼ਕ ਆਮ ਬੋਲਚਾਲ ਵਿੱਚ ਇੰਨਾ ਜ਼ਿਆਦਾ ਨਹੀਂ ਸੀ ਲੇਕਿਨ ਉਹ ਕਿਉਂ ਕੀਤਾ ਜਾਂਦਾ ਉਹਦੀ وجہ ਕਿ ਜਿੰਨੀ ਵੀ ਮੈਂ ਕਹਿੰਨੀ ਕਿ ਆਪਣਾ ਤੁਹਾਡਾ ਡਿਕਸ਼ਨ ਹੈ ਤੁਹਾਡੇ ਅਲਫ਼ਾਜ਼ ਹੈ ਤੁਹਾਡੇ ਮਾਨੀ ਹੈ ਇਹਨਾਂ ਨੂੰ ਸਿਰਫ ਡਿਕਸ਼ਨਰੀਆਂ ਵਾਸਤੇ ਨਹੀਂ ਇਹ ਹੁੰਦੇ ਹੈ ਜਿੰਨੀ ਦੇਰ ਤੱਕ ਇਹ ਵਰਤੇ ਨਹੀਂ ਜਾਣਦੇ ਤੁਹਾਡੇ ਨਾਲ ਇਹਨਾਂ ਦੀ ਉਹ ਜੁੜਤ ਹੀ ਹੋਏਗੀ ਤੁਹਾਡੇ ਨਾਲ ਇਹਨਾਂ ਦੀ ਉਹ ਤਬੀਅਤ ਨਹੀਂ ਖੁੱਲੇਗੀ ਤੇ ਤੁਸੀਂ ਇਹਨਾਂ ਨੂੰ ਇਹੋ ਹੀ ਸਮਝੋਗੇ ਕਿ ਇਹ ਬਿਲਕੁਲ ਇੱਕ ਯਾਨੀ ਕਿ ਇਹਨਾਂ ਦੇ ਨਾਲ ਮਾਨਵਸਿਆਤ ਨਹੀਂ ਹੈ ਇੱਕ ਬੇਮਸਰਫ ਦੇ ਅਲਫਾਜ਼ ਇੱਕ ਬੇਮਸਰਫ ਲਈ ਲੋ ਜੀ ਲਫ਼ਜ਼ਾਂ ਦਾ ਢੇਰ ਇਕੱਠਾ ਕੀਤਾ ਲਫ਼ਜ਼ਾਂ ਦਾ ਢੇਰ ਦੀ ਗੱਲ ਨਹੀਂ ਹੁੰਦੀ ਹੈਗੀ ਗੱਲ ਇਹ ਕਿ ਜਿ세 ਜਿ세 ਤੁਸੀਂ ਜ਼ਬਾਨਾਂ ਨੂੰ ਤੁਸੀਂ ਲਫ਼ਜ਼ਾਂ ਨੂੰ ਆਪਣੇ ਨਾਲ ਤੁਸੀਂ ਜੋੜੋਗੇ ਉਹ ਤੁਹਾਡੇ ਨਾਲ ਜੁੜਦੇ ਜਾਂਦੇ ਹੋ ਤੁਹਾਡੇ ਕਫੀਰਤ ਦਾ ਹਿੱਸਾ ਬਣ ਜਾਂਦੇ ਬਲਕਿ ਸਾਡੇ ਨਾਲ ਇਹ ਹੋਇਆ ਕਿ ਅਸੀਂ ਆਸਾਨ ਸਮਝਿਆ ਹੋਇਆ ਪਹਿਲੇ ਤੇ ਇਹੋ ਹੀ ਨਾ ਜ਼ਾਹਰ ਹੈ ਕਿ ਤੁਸੀਂ ਲੋ ਜੀ ਬੱਚਾ ਕੋਈ ਵੀ ਰੱਖ ਲੈ ਤੇ ਉਹਨੇ ਨੰਬਰ ਬਹੁਤ ਜ਼ਿਆਦਾ ਦੇ ਦਿੱਤੇ ਜਾਂਦੇ ਇਸ ਤੋਂ ਦੇ ਦਿੱਤੇ ਜਾਂਦੇ ਆਸਾਨ ਜ਼ਬਾਨ ਹੈ ਚਲੋ ਜੀ ਮੈਂ ਪੰਜਾਬੀ ਰੱਖ ਲੈਂਦਾ ਹੈਗਾ ਠੀਕ ਹੈ ਇਹ ਸਾਨੂੰ ਇੱਕ ਤਰਗੀਬ ਦੇਣ ਦਾ ਇੱਕ ਹਵਾਲਾ ਸੀ ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਉਸ ਜ਼ਬਾਨ ਨੂੰ ਬਿਲਕੁਲ ਹੀ ਇੰਨਾ ਈਜ਼ੀ ਕਰ ਛਡੋ ਕਿ ਉਹਦੀਆਂ ਜਿਹੜੀਆਂ ਅਸਲ ਚੀਜ਼ਾਂ ਉਹ ਬਹੁਤ ਪਿੱਛੇ ਖਲੋਤੀਆਂ ਨਜ਼ਰ ਆਣ ਤੇ ਤੁਸੀਂ ਉਹਨਾਂ ਨੂੰ ਗੈਰ ਮਤਰੂਕ ਦਾ ਨਾਮ ਦੇ ਕੇ ਉਹਨਾਂ ਨੂੰ ਸਾਈਡ ਦੇ ਉੱਤੇ ਕਰ ਦੋ। ਉਹ ਕੈਸੇ ਗੈਰ ਮਤਰੂਕ ਸੀ? ਬਿਲਕੁਲ ਨਹੀਂ ਉਹ ਮਤਰੂਕ ਸੀ। ਉਹ ਤੁਹਾਡੇ ਕੋਲ ਹੀ ਸੀ, ਤੁਹਾਡੀਆਂ ਆਪਣੀਆਂ ਹੀ ਸੀ। ਇਹ ਤੇ ਨਹੀਂ ਕਿ ਮੈਂ ਅੱਜ ਆਪਣੇ ਦਾਦੇ-ਪਰਦਾਦੇ ਨੂੰ ਕਹਾਂ ਨਹੀਂ ਜੀ ਇਹ ਮਤਲਬ ਕਿ ਠੀਕ ਹੈ ਜੀ ਬਹੁਤ ਪੁਰਾਣੇ ਸੀ। ਤੇ ਠੀਕ ਹੂ ਨਗੈਰ ਮਤਰੂਕ ਨੌਜ਼ਬੁੱਲਾ ਐਸੀ ਤੇ ਨਹੀਂ ਨਾ ਹੋ ਸਕਦਾ ਹੈ ਬਲਕਿ ਸ਼ਾਇਰ ਜਿਹੜੇ ਨੇ ਹਾਂਜੀ ਸ਼ਾਇਰ ਜਿਹੜੇ ਨੇ ਉਹ ਜਦੋਂ ਇਜ਼ਹਾਰ ਕਰਦੇ ਨੇ ਉਹਨਾਂ ਨੂੰ ਨਵੇਂ-ਨਵੇਂ ਅੱਖਰ ਕੜਨ ਦੀ ਵੀ ਲੋੜ ਪੈਂਦੀ ਏ ਉਹ ਫਿਰ ਡਿਕਸ਼ਨਰੀ ਚ ਔਰ ਜ਼ੁਬਾਨ ਦਾ ਹਿੱਸਾ ਬਣਦੇ ਚਲੇ ਜਾਂਦੇ ਨੇ ਉਹ ਜਿਹੜਾ ਵੀ ਇੱਕ ਮੁਸੰਨਫ ਹੁੰਦਾ ਏ ਸ਼ਾਇਰ ਬਿਲਕੁਲ ਸਹੀ ਫਰਮਾਇਆ ਉਹ ਜ਼ੁਬਾਨ ਦੇ ਵਿੱਚ ਆਪਣਾ ਜਿੰਨਾ ਵੀ ਉਹ ਹਿੱਸਾ ਪਾ ਸਕਦਾ ਉਹ ਪਾੰਦਾ ਹੈਗਾ ਬਿਲਕੁਲ ਥੋੜੀ ਜੀ ਹੋਰ ਸ਼ਾਇਰੀ ਅਗਰ ਸੁਣਾ ਦਿਓ ਤੇ ਤੇ ਲਓ ਜੀ ਮੈਨੂੰ ਇਸ ਵੇਲੇ ਆਪਣਾ ਕਹਿੰਦੇ ਆ ਕਿ ਵਾਰਿਸ ਸਾਹਿਬ ਦੇ ਹਵਾਲੇ ਨਾਲ ਜੀ ਜੀ ਗੱਲ ਯਾਦ ਆ ਰਹੀ ਹੈ ਹਮਮ ਕਿ ਕੁਜੋ ਇੰਦੇ ਕੇ ਜੋਗੜੀ ਉਸਦੇ ਸਾਂਗ ਬਟਾਵੇ ਹਮ ਰੰਗ ਬਰੰਗੇ ਲੀੜੇ ਪਾਵੇ ਹਮ ਜੋਗੜੀ ਉਸਦੇ ਸਾਂਗ ਬਟਾਵੇ ਰੰਗ ਬਰੰਗੇ ਲੀੜੇ ਪਾਵੇ ਗੱਲ ਵਜੂਦੋਂ ਬਾਹਰ ਖਲੋਤੀ ਸ਼ੀਸ਼ੇ ਦੇ ਵਿੱਚ ਮੇਲ ਕਰਾਵੇ ਵਾ 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 ਗੱਲ ਵਜੂਦੋਂ ਬਾਹਰ ਖਲੋਤੀ ਸ਼ੀਸ਼ੇ ਦੇ ਵਿੱਚ ਮੇਲ ਕਰਾਵੇ ਤੇ ਸ਼ੇਰ ਦੇਖੋ ਕਿ ਸਿਦਕ ਹਯਾ ਦੇ ਪੱਤਰਾਂ ਉੱਤੇ ਰਾਂਝਾ ਸੂਰਤ ਹੀਰ ਬਣਾਵੇ ਹਮ ਸਿਦਕ ਹਯਾ ਦੇ ਪੱਤਰਾਂ ਉੱਤੇ ਰਾਂਝਾ ਸੂਰਤ ਹੀਰ ਬਣਾਵੇ ਤੇ ਆਲੇ ਦੇ ਵਿੱਚ ਕੜਦੇ ਦੋ ਤੂੰ ਖੇਚ ਮਲਾਈ ਖੀਣਾ ਖਾਵੇ ਵਾਹ ਆਲੇ ਦੇ ਵਿੱਚ ਕੜਦੇ ਦੋ ਤੂੰ ਤੇ ਖੇਚ ਮਲਾਈ ਖੀਣਾ ਖਾਵੇ ਤੇ ਕਾਲੀ ਜ਼ੁਲਫ ਦੇ ਸੱਪ ਦੀ ਕੁੰਡਲੀ

ਕਫੀਅਤ ਆਈ ਇੱਕ ਬਿਲਕੁਲ ਹੋਰ ਜ਼ਰੂਰ ਇਸ ਲਈ ਵੀ ਸਾਂਝਾ ਕਰੋ ਜਿਵੇਂ ਮੈਂ ਜ਼ਿਕਰ ਸ਼ੁਰੂ ਚ ਕੀਤਾ ਨਾ 21 ਫਰਵਰੀ ਜਿਹੜਾ ਉਹ ਦੁਨੀਆਂ ਦੇ ਵਿੱਚ ਮਨਾਇਆ ਜਾਂਦਾ ਮਾਂ ਬੋਲੀ ਦੇ ਆਰਦ ਦਿੱਤਾ ਅਸੀਂ ਚਾਹਾਂਗੇ ਕਿ ਤੁਸੀਂ ਜ਼ਰਾ ਉਹਨੂੰ ਡੈਡੀਕੇਟ ਕਰਦੇ ਮੈਂ ਉਹੀ ਕਰਨਾ ਚਾਹ ਰਹੀ ਹਾਂ ਜੀ ਮੈਂ ਨਹੀਂ ਚਾਹਦੀ ਕਿ ਮੈਂ ਆਪਣਾ ਉਸ ਕਫੀਅਤ ਨੂੰ ਮੈਂ ਛੱਡ ਕੇ ਤੇ ਬਾਕੀ ਗੱਲਾਂ ਮੈਂ ਲੈ ਬੈਠਾ ਮੈਂ ਉਸੇ ਨੂੰ ਜਦ ਤੁਸੀਂ 21 ਫਰਵਰੀ ਦੀ ਗੱਲ ਕੀਤੀ ਨਾ ਤੇ ਮੇਰੇ ਜ਼ਿਹਨ ਵਿੱਚ ਉਹ ਗੱਲ ਆ ਚੁੱਕੀ ਹੋਈ ਸੀ ਉਹ ਕੁਝ ਇਸ ਤਰ੍ਹਾਂ ਹੈ ਜੀ ਕਿ ਮੈਂ ਜਟੀ ਸ਼ੀ ਪੰਜਾਬ ਦੀ ਮਾਂ ਬੋਲੀ ਮੇਰਾ ਨਾਮ ਵਾਹ मैं, मैं जटी सी पंजाब दी मां hmm. बोली मेरा नाम मैं सूरत रब वहाब दिया मां बोली मेरा नाम वाह 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 मैं जटी सी पंजाब दिया मां बोली मेरा नाम मैं सूरत रब वहाब दिया मां बोली मेरा नाम मैं नादा इसरा फील दी मैं इजराइल दी सादा मैं नादा इसरा फील दी मैं इजराइल दी सादा मैं वंजली हक रुबाब दिया मां बोली मेरा नाम ਤੇ ਮੇਰਾ ਰਾਜਨ ਮੈਥੂ ਨਿਕੜਿਆ ਤੇ ਕੈਦੂ ਉਮਰੂ ਅੱਗੇ ਸੁਦਬੁੱਧ ਮੈਂ ਅਥਰੇ ਖਾਬ ਦਿਆਂ ਮਾਂ ਬੋਲੀ ਮੇਰਾ ਮਹਿਮਾਨ ਤਰਾਂ ਥਲਾਂ ਦਾ ਮੈਂ ਕੋਲ ਕਰਾਰ ਦੀ ਤਾਰੂ ਮਹਿਮਾਨ ਤਰਾਂ ਥਲਾਂ ਦਾ ਮੈਂ ਕੋਲ ਕਰਾ ਦੀ ਤਾਰੂ ਮੈਂ ਖੇਡਾਂ ਛਲ ਜਨਾਬ ਦੀਆਂ ਮਾਂ ਬੋਲੀ ਮੇਰਾ ਨਾਂ ਤੇ ਰਾਵੀ ਸਤਲੁਜ ਪੰਜੇ ਠਾਲ ਨੇ ਵੈਨ ਮੇਰੇ ਵਿੱਚ ਵਿੰਦੇ ਵਾਹ ਵਾਹ ਰਾਵੀ ਸਤਲੁਜ ਪੰਜੇ ਠਾਲ ਨੇ ਵੈਨ ਮੇਰੇ ਵਿੱਚ ਵਿੰਦੇ ਮੈਸ਼ੂਕਨ ਆਬ ਹਬਾਬ ਦੀਆਂ ਮਾਂ ਬੋਲੀ ਮੇਰਾ ਨਾਂ ਮਕਰ ਇੱਥੇ ਗੁਲੇ ਸ਼ਾਦੀ ਹਾਂਜੀ ਹਾਂਜੀ ਰਾਵੀ ਸਤਲੁਜ ਸਤਲੁਜ ਪੰਜੇ ਠਾਲ ਨੇ ਵਹਿਣ ਮੇਰੇ ਵਿੱਚ ਵਹੰਦੇ ਮੈਸ਼ੂਕਨ ਆਬ ਹਵਾਬ ਦੀਆਂ ਮੈਂ ਬੋਲੀ ਮੇਰਾ ਮੈਂ ਕਾਫੀ ਬੁੱਲੇ ਸ਼ਾਦੀਆਂ ਮੈਂ ਬੋਲੀ ਮੈਂ ਕਾਫੀ ਬੁੱਲੇ ਸ਼ਾਦੀਆਂ ਮੈਂ ਭਾਗ ਭਰੀਆਂ ਹਵਾ ਮੈਂ ਕਾਫੀ ਬੁੱਲੇ ਸ਼ਾਦੀਆਂ ਮੈਂ ਭਾਗ ਭਰੀਆਂ ਹਵਾ ਮੈਂ ਵਾਰਿਸ ਹੀਰ ਕਿਤਾਬ ਦੀਆਂ ਮਾਂ ਬੋਲੀ ਮੇਰਾ ਖੂਬਸੂਰਤ ਮੈਂ ਵਾਰਿਸ ਹੀਰ ਕਿਤਾਬ ਦੀਆਂ ਮਾਂ ਬੋਲੀ ਮੇਰਾ ਨਾਂ ਮੈਂ 12 ਮਾਂ ਪਰਾਗਾ ਮੈਂ ਪਾਲਣਾ ਘੜੀਆਂ ਮੌਸਮ ਮੈਂ 12 ਮਾਂ ਪਰਾਗਾ ਮੈਂ ਪਾਲਾਂ ਕੜੀਆਂ ਮੌਸਮ ਮੈਂ ਬੂਟੀ ਫੁੱਲ ਲਗੜਾਦੀਆਂ ਮਾਂ ਬੋਲੀ ਮੇਰਾ ਨਾਂ ਮੈਂ ਮੇਰੀ ਗੋਦ ਵਲੀ ਪੈਗੰਬਰੀ ਮੇਰੀ ਗੋਦ ਵਲੀ ਪੈਗੰਬਰੀ ਮੈਂ ਨਸਲਾਂ ਦੀ ਪ੍ਰਚਾਰਨ ਮੈਂ ਮੋਢ ਸਵਾਲ ਜਵਾਬ ਦੀਆਂ ਮਾਂ ਬੋਲੀ ਮੇਰਾ ਨਾਂ ਤੇ ਪੰਜਾਬ ਪਠਾਨ ਬਲੋਸ਼ ਤੇ ਸਿੰਧੀ ਸਾਰੇ ਪਾਕਿਸਤਾਨੀ

ਬਹੁਤ ਸੋਨਾ ਤੁਸੀਂ ਕਲਾਮ ਸੁਨਾਇਆ ਤੇ ਇੱਥੇ ਵੇਲਾ ਹੋਇਆ ਹੈ ਐ ਸੈਗਮੈਂਟ ਦੇ ਖਤਮ ਹੁੰਦਾ ਤੁਹਾਨੂੰ ਫਿਰ ਅਸੀਂ ਜ਼ਹਮਤ ਦਿੰਦੇ ਰਾਂਗੇ ਤੇ ਤੁਸੀਂ ਆਉਂਦੇ ਰਹਿਣਾ ਸਾਡੇ ਪ੍ਰੋਗਰਾਮ ਵਿੱਚ ਮਾਂ ਬੋਲੀ ਦੇ ਵਾਸਤੇ ਹਾਜ਼ਰ ਹੈ ਕਿਉਂ ਨਹੀਂ ਜੀ ਬਹੁਤ ਸ਼ੁਕਰੀਆ ਤੁਹਾਡਾ ਪ੍ਰਵੀਨ ਸੱਜਣ ਸਾਹਿਬਾ ਫਿਰ ਇਨਸ਼ਾਅੱਲਾ ਮੁਲਾਕਾਤ ਹੋਏਗੀ ਇੱਥੇ ਵੇਲਾ ਹੋਇਆ ਇੱਕ ਬ੍ਰੇਕ ਦਾ ਅਸੀਂ ਹੁਨੇ ਗਏ ਤੇ ਹੁਨੇ ਆਏ ਤੇ ਅਗਲੇ ਪਰੋਨੇ ਨਾਲ ਵੀ ਤੁਸ ਤੁਹਾਨੂੰ ਮਿਲਵਾਨਾ ਹੈ ਤੁਸੀਂ ਕਿਦੇ ਨਹੀਂ ਜਾਣਾ जी नाजी ने एक बार फिर तू प्रोग्राम जी आयान कहने हूँ वेला होया सा दूजे सैगमेंट आनी कि साफ़ी सैगमेंट आूफी सैगमेंट के हमेशा की तरह साहमान साढ़े नौजूद ने एक फनकार भी मौजूद ने जोड़ा बड़े आराम न अपनी फनकारी जो मुजाहरा कर रहे हैं साहमान कौन ने सूफी स्कॉलर डॉक्टर सुगरा सदफ साहबा तहूँ प्रोग्राम जी आयान कहने अजा साढ़ा मौजू होएगा वह है हजरत वासफ अली वासफ वासिफ अली वासिफ शायर भी ने मुफक्र भी ने ਤੇ ਇਹਨਾਂ ਦੀ ਤਾਲੀਮਾਤ ਤੋਂ ਜ਼ਮਾਨਾ ਬਹੁਤ متاثر ਹੈ ਪਹਿਲੇ ਉਹਨਾਂ ਦੀ ਜ਼ਿੰਦਗੀ ਤੇ ਇੱਕ ਛੋਟਾ ਜਿਹਾ ਪੈਕੇਜ ਸਿੱਧਾ ਸੋਨਾ ਪੈਕੇਜ ਇੱਕ ਉਹਨਾਂ ਦੀ ਹਯਾਤੀ ਤੇ ਬਹਾਇਆ ਤੁਹਾਨੂੰ ਕਿਹਦਾ ਲੱਗਾ ਬਹੁਤ ਅੱਛਾ ਲੱਗਾ ਜ਼ਾਹਿਰ ਜਦੋਂ ਵੀ ਕੋਈ ਕਲਾਮ ਸੂਫੀਆਨਾ ਗਾਇਆ ਜਾਂਦਾ ਤੇ ਦਿਲ ਦੀ ਕਾਫੀਅਤ ਤੇ ਜੋ ਕੁਝ ਬੀਤਦਾ ਹੈ ਉਹ ਬੰਦਾ ਹੀ ਜਾਣ ਸਕਦਾ ਬਿਲਕੁਲ ਸਹੀ ਅੱਛਾ ਤੁਸੀਂ ਮੈਡਮ ਵਾਸਫ ਅਲੀ ਵਾਸਫ ਦੀ ਮੁੱਢਲੀ ਹਯਾਤੀ ਬਾਰੇ ਸਾਨੂੰ ਦੱਸਦੇ ਚਲੋ ਵਾਸਫ ਅਲੀ ਵਾਸਫ ਰਹਿਮਤੁਲਾ ਲਾਇਆ ਤੇ ਉਹ ਬਜ਼ੁਰਗ ਜਿਨ੍ਹਾਂ ਦੇ ਨਾਲ ਮੇਰੀ ਮੁਲਾਕਾਤ ਵੀ हुई अच्छा और क्योंकि मेरे इस भी उन्होंने बड़ी दोस्ती सी और फिर असाथजा के हवाले नी मुख्तलिफ लोगों मिलते रहे यूनिवर्सिटी के दौर के शायद आ शायद आखिरी साल सन जो मेरी मुलाकात तो हुई उन्होंने मैं देखा और महसूस किया कि वाकया तन वो एक ऐसी रूह सन कि जिन्ह अपने नफ्स से काबू पा के अपने दिल के शीशे को चमका लिया हो ਤੇ اگر ਇਹਨਾਂ ਦੀ ਮੋਢਲੀ ਹਾਇਤੀ ਤੇ ਅਸੀਂ ਨਜ਼ਰ ਪਾਨਿਆ ਤੇ 1929 ਵਿੱਚ ਐਸੇ ਮਹੀਨੇ ਯਾਨੀ ਜਨਵਰੀ ਦੇ ਮਹੀਨੇ 15 ਜਨਵਰੀ 1929 ਨੂੰ ਉਹ ਖੁਸ਼ਾਬ ਚ ਪੈਦਾ ਹੋਏ। ਹਮਮ ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ میٹرਿਕ ਹੈ ਉਹ ਚੰਗ ਤੋਂ ਕੀਤਾ ਕਿਉਂਕਿ ਉਹਨਾਂ ਦੇ ਨਾਨਾ ਜੀ ਚੰਗ ਚ ਰਹਿੰਦੇ ਸਨ। ਹਮਮ ਔਰ ਉਸ ਤੋਂ ਬਾਅਦ ਉਹਨਾਂ ਦੀ ਸਾਰੀ تعلیم ਜਿਹੜੀ ਹੈ ਉਹ ਡਿਸਟਿੰਕਸ਼ਨ ਨਾਲ ਜਾਂ ਫਰਸਟ ਟੀਨ ਨਾਲ ਬੜਾ ਮੁਕਾਬਲਾ ਉਹਨਾਂ ਦੇ ਅੰਦਰ ਹੀ ਕਹਿ ਸੀ ਕਿ ਮੈਂ ਅੱਗੇ ਵਧਨੇ ਹਾਕੀ ਬੜੀ ਚਖੇੜਦੇ ਸਨ ਔਰ ਕਾਲਜ ਵਿੱਚ ਵੀ ਉਹਨਾਂ ਨੂੰ ਬਿਹਤਰੀਨ ਤਾਲਬੇਲਮ ਦਾ ਐਵਾਰਡ ਮਿਲਿਆ ਕਿਉਂਕਿ ਨਿਸਾਬੀ ਔਰ ਗੈਨ ਨਿਸਾਬੀ ਤਕਰੀਬਾਤ ਦੇ ਵਾਲੇ ਨਾਲ ਸ਼ਿਰਕਤ ਕਰਦੇ ਸਨ ਫਿਰ ਜੀ ਸੀ ਤੋਂ ਉਹਨਾਂ ਨੇ ਐਮਏ ਇੰਗਲਿਸ਼ ਕੀਤਾ ਗਵਰਨਮੈਂਟ ਕਾਲਜ ਲਾਹੌਰ ਤੋਂ ਇੱਥੇ ਜੀ ਔਰ ਇੱਥੋਂ ਉਹ ਰਾਵੀ ਜਿਹੜਾ ਮੈਗਜ਼ੀਨ ਹੈ ਬੜਾ ਮਸ਼ਹੂਰ ਉਹਦੇ ਵਿੱਚ ਮਜ਼ਮੂਨ ਵੀ ਲਿਖਦੇ ਸਨ ਹੁਣੇ ਤੱਕ ਵੀ ਉਹਨਾਂ ਦੇ ਦੋ ਮਜ਼ਮੂਨ ਉੱਥੇ ਮਹਿਫੂਜ਼ ਨੇ ਜਿਹੜੇ ਕਿ ਅੰਗਰੇਜ਼ੀ 'ਚ ਉਹਨਾਂ ਲਿਖੇ ਨੇ ਉਸ ਤੋਂ ਬਾਅਦ ਉਹ ਇੱਕ ਲਾਹੌਰ ਦੇ ਪੰਜਾਬੀ ਜਿਹੜਾ ਕਾਲਜ ਹੈ ਉਹਦੇ ਨਾਲ ਵਸਤਾ ਹੋ ਗਿਆ ਤੇ ਪੜ ਫਿਰ ਕੁਝ ਚਿਰ ਬਾਅਦ ਉਹਨਾਂ ਨੇ ਆਪਣਾ ਕਾਲਜ ਖੋਲ੍ਹਿਆ ਅੰਗਰੇਜ਼ੀ ਲਾਹੌਰ ਇੰਗਲਿਸ਼ ਕਾਲਜ اور ਉਹਦੇ ਵਿੱਚ ਪੜ੍ਹਾਉਂਦੇ ਰਹੇ ਤੇ ਉਹਨਾਂ ਦੇ ਵਾਲਿਦ ਸਾਹਿਬ ਵੀ ਇਹ ਦਰਸੋ تدریس ਨਾਲ ਬੱਸਤਾ ਸਨ ਉਹਨਾਂ ਦੇ ਨਾਨਾ ਬੜੇ ਅਹਿਮ ਇਨਸਾਨ ਸਨ ਇਸ ਲਈ ਕਿ ਉਹਨਾਂ ਨੇ ਕਾਦੇ ਆਜ਼ਮ ਦੀ ਸਰਭਰਾਹੀ ਵਿੱਚ ਮੁਸਲਮਨ ਲੀਗ ਲਈ ਕੰਮ ਕੀਤਾ ਸੀ ਔਰ ਉਹਨਾਂ ਦੀ ਮੁਲਾਕਾਤ ਵੀ ਹੋਈ ਸੀ ਕਾਦੇ ਆਜ਼ਮ ਨਾਲ ਤੇ ਇਸ ਵੱਲੋਂ ਉਹਨਾਂ ਦੀ ਜਿਹੜੀ ਸਾਰੀ ਇੱਕ ਅਸੀਂ ਦੇਖਦੇ ਹਾਂ تعلیم ਤੇ ਤਰਬੀਅਤ ਉਹ ਬੜੇ ਚੰਗੇ ਮਾਹੌਲ ਚ ਹੋਈ ਔਰ ਉਹਨਾਂ ਨੇ ਮੁਕਾਬਲੇ ਦਾ ਇਮਤਿਹਾਨ ਵੀ ਦਿੱਤਾ ਪਾਸ ਵੀ ਕਰ ਲਿਆ ਲੇਕਿਨ ਉਹ ਦਿਲ ਨਾ ਕੀਤਾ ਕਿ ਮੈਂ ਇਸ ਪਾਸੇ ਜਾ ਉਹਨਾਂ ਨੇ ਆਪਣੇ ਆਪ ਨੂੰ ਯਾਨੀ ਦਰਸੋ ਤਦਰੀਸ ਲਈ ਵਕਫ ਕਰ ਦਿੱਤਾ ਔਰ ਅਲੇ ਕਾਲਜੇ ਪਰਦੇਸਾਂ ਤੇ ਉਹਨਾਂ ਨੂੰ ਜਿੱਥੇ ਕਿਤੇ ਪਤਾ ਚੱਲਦਾ ਸੀ ਕਿ ਕੋਈ ਇੱਥੇ ਅੱਲਾ ਦਾ ਬੰਦਾ ਹੈ ਦਰਵੇਸ਼ ਹੈ ਕੋਈ ਵਲੀ ਹੈ ਫਕੀਰ ਹੈ ਤੋ ਉਹਨੂੰ ਮਿਲਣ ਚਲੇ ਜਾਂਦੇ ਸਨ ਔਰ ਮੁਖਤਲਿਫ ਸਵਾਲ ਪੁੱਛਦੇ ਸਨ ਕਿਉਂਕਿ ਇਹ ਦੇਖਿਆ ਗਿਆ ਜਿਤਨੀ ਵੀ ਤਾਰੀਖ ਚ ਅਸੀਂ ਪੜ੍ਹਨੇ ਆ ਕਿ ਜਿਹਦੇ ਬੰਦੇ ਦੇ ਅੰਦਰ ਕੁਝ ਹੁੰਦਾ ਹੈ ਉਹ ਥੋੜੀ ਉਮਰ ਤੂੰ ظاہر ਹੋਣਾ ਸ਼ੁਰੂ ਹੋ ਜਾਂਦਾ ਬੰਦੇ ਨੂੰ ਕਿ ਉਹਦੇ ਅੰਦਰ ਕੋਈ ਤਿਸ਼ਨਗੀ ਹੈ ਕੋਈ ਸਵਾਲ ਨੇ ਜਿਨ੍ਹਾਂ ਦੇ ਜਵਾਬ ਢੂੰਡਣਾ ਚਾਹੁੰਦਾ ਕੋਈ ਅੱਗ ਹੈ ਅੱਗ ਹੈ ਤੇ ਉਹ ਫਿਰ ਜਾਦੇ ਸਨ ਔਰ ਲੋਕਾਂ ਨਾਲ ਸਵਾਲ ਕਰਦੇ ਸਨ ਔਰ ਫਿਰ ਉਹਨਾਂ ਦੇ مختلف ਜਿਹੜੇ ਸਵਾਲੋ ਜਵਾਬ ਔਰ ਆਪਣੀ ਜ਼ਾਤ ਨੂੰ ਜਿਹੜਾ ਕਰਨ ਚ ਤੇ ਐਸੀ ਤਰ੍ਹਾਂ ਹੀ ਫਿਰ ਇੱਕ ਦਿਨ ਉਹਨਾਂ ਨੂੰ ਉਹ ਪਤਾ ਲੱਗਾ ਕਿ ਸਭ ਤੋਂ ਪਹਿਲਾਂ ਤੇ ਮੈਂ ਨੂੰ ਮਾਰਨਾ ਹੈ ਆਪਣੀ ਹਸਤੀ ਜਿਹੜੀ ਹੈ ਉਹਨੂੰ ਮਿਟਾਣਾ ਔਰ ਰਿਆਜ਼ਤ ਉਸ ਤੋਂ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ ਤੁਸੀਂ ਕਹੋ ਕਿ ਅਸੀਂ ਰਿਆਜ਼ਤ ਤੋਂ ਬਿਨਾਂ ਆਪਣੇ ਆਪ ਨੂੰ ਪਾਕ ਸਾਫ਼ ਕਰ ਲੈਣੇ ਤੇ ਨਹੀਂ ਹੋ ਸਕਦਾ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਕੋਈ 32 ਕਿਤਾਬਾਂ ਉਹਨੀਆਂ ਛਪ ਚੁੱਕੀਆਂ ਨੇ ਉਹਨਾਂ ਦੀ ਹਯਾਤੀ 'ਚ ਤੇ ਇਤਨੀਆਂ ਕਿਤਾਬਾਂ ਨਹੀਂ ਛਪੀਆਂ ਇਹ ਜਿਹੜੀ ਮੇਰੇ ਕੋਲ ਕਿਤਾਬ ਹੈ ਭਰੇ ਪਰੋਲੇ ਪੰਜਾਬੀ ਦੀ ਉਹਨਾਂ ਦੀ ਸ਼ਾਇਰੀ ਦੀ ਕਿਤਾਬ ਹੈ ਉਹਨਾਂ ਦੀ ਹਯਾਤੀ ਛਪੀ ਹੈ ਤੇ ਪਹਿਲੀ ਉਹਨਾਂ ਦੀ ਕਿਤਾਬ ਜਿਹੜੀ ਸੀ ਉਸੇ ਕਿਰਨ ਕਿਰਨ ਸੂਰਜ ਕਿਰਨ ਦਾ ਪੰਜਾਬੀ ਦਾ ਤਰਜਮਾ ਅਸੀਂ ਪਿਲਾਕ ਵੱਲੋਂ ਛਾਪਿਆ ਇਹ ਵੈਸੇ ਉਰਦੂ ਦੀ ਕਿਤਾਬ ਹੈ ਉਹਨਾਂ ਦੀਆਂ ਜਿੰਨੀਆਂ ਵੀ ਕਿਤਾਬਾਂ ਨੇ ਉਹਨਾਂ ਦੇ ਖੁਤਬਾਤ ਗੁਫਤਗੂ ਮੁਕਾਲਮੇ ਸੈਸ਼ਨ ਉਹ ਸਾਰੀਆਂ ਉਰਦੂ ਚ ਨੇ ਔਰ ਇੱਕ ਉਹਨਾਂ ਦੀ ਸ਼ਾਇਰੀ ਦੀ ਕਿਤਾਬ ਉਰਦੂ ਦੀ ਵੀ ਹੈ ਇਹ ਜਿਹੜੀ ਪੂਰੀ ਕਿਤਾਬ ਹੈ ਪੰਜਾਬੀ ਦੀ ਉਹ ਹੀ ਸੂਫੀਆਨਾ ਤਸلسل ਸਮ ਨਜ਼ਰ ਆਉਂਦਾ ਹੈ ਜਿਹੜਾ ਕਿ ਅਸੀਂ ਬਾਬਾ ਫਰੀਦ ਤੋਂ ਲੈ ਕੇ ਦੇਖਦੇ ਆਏ ਇਹਦਾ ਟਾਈਟਲ ਇੱਕ ਵਾਰ ਫੇਰ ਦਿਖਾ ਦੇਣਾ ਕੈਮਰਾ ਦੇ ਵਿੱਚ ਤਾਂ ਕਿ ਉਹ ਜ਼ਰਾ ਅਸੀਂ ਤਾਂ ਤੇ ਇਹ ਉਹ ਹੀ ਲਮਤਾ ਬਾਜਰਾ ਸਾਹਿਬ ਸਰ ਨਜ਼ਰ ਆndੀਆਂ ਨੇ ਜਿਹੜੀਆਂ ਪਹਿਲੇ ਸੂਫੀਆਂ ਨੇ ਵਰਤੀਆਂ ਨੇ ਔਰ ਉਹ ਹੀ ਤਸلسل ਨਜ਼ਰ ਆਂਦਾ ਹੈ ਔਰ ਉਹ ਹੀ ਗੱਲਾਂ ਨਜ਼ਰ ਆndੀਆਂ ਨੇ ਮੈਂ ਤੁਹਾਨੂੰ ਇਹ ਵੈਸੇ ਹੀ ਬਾਬਾ ਬੁੱਲੇ شاہ ਦਾ ਨਾ ਬੁੱਕਲ ਦੇ ਵਿੱਚ ਔਰ ਉਹ ਕਹਿੰਦੇ ਨੇ ਬਾਲਾ ਮੈਂ ਵੀ ਉਸੇ ਰਾਹ ਤੇ ਟੁਰਨਾ ਲਾਇਆ ਤੇ ਉਹਨਾਂ ਦੀ ابتدਾਈ ਕਿਤਾਬਾਂ ਜੂਆਂ ਕਿ ਬੁੱਕਲ ਦੇ ਵਿੱਚ ਚੋਰ ਮੇਰਾ ਨਾਮ ਵੀ ਰੱਖੋ ਹੋਰ ਵਾ ਮੇਰੇ ਦਿਲ ਵਿੱਚ ਪੈ ਗਿਆ ਸ਼ੋਰ अच्छा ਉਹਨਾਂ ਇੱਕ ਮਸਰਾ ਨਾ ਇਹਦੇ ਵਿੱਚ ਇਹ ਕਿ ਜਦੋਂ ਬੰਦਾ ਇਹ ਸਮਝ ਲੈਂਦਾ ਹੈ ਕਿ ਉਹ ਦੁਨੀਆਂ ਤੋਂ ਵੱਖ ਨਹੀਂ ਵਾਧ ਤੁਰ ਵਜੂਦਦਾ ਨਾ ਫਲਸਫਾ ਦਾ ਇਸ ਤਰ੍ਹਾਂ ਨਾਲ ਲੱਗਦਾ ਔਰ ਰਾਂਜਾ ਰਾਂਜਾ ਕਰਦੀਨੀ ਮੈਂ ਆਪੇ ਰਾਂਜਾ ਉਹ ਆਪੇ ਰਾਂਜਾ ਉਹ ਹੀ ਸਫ਼ਰ ਹੈ ਕਹਿੰਦੇ ਮੈਨੂੰ ਪਤਾ ਲੱਗ ਗਿਆ ਤੇ ਅੱਜ ਮੌਸਮ ਫੁੱਲਾਂ ਦਾ ਆਇਆ ਬੂਟੀ ਅੰਦਰ ਮੁਸ਼ਕ ਮਚਾਇਆ ਚੰਗਾ ਉਹਦਾ ਜ਼ਿਕਰ ਕਮਾਇਆ ਪਹਿਲਾ ਪਾਵਣ ਦਿਲ ਵਿੱਚ ਮੋਰ ਮੇਰਾ ਨਾਮ ਹੀ ਰੱਖੋ ਹੋਰ ਇੱਕ ਬਸ ਮੈਂ ਹੋਰ ਤੁਹਾਨੂੰ ਸੁਣਾਣੀ ਕਿ ਕਾਫੂ ਨੂਨ ਬਣਾਉਣ ਵਾਲਾ ਮੇਰੇ ਸਿਰ ਦਾ ਉਹ ਰਖਵਾਲਾ ਨਾ ਕੋਈ ਮਣਕਾ ਨਾ ਕੋਈ ਮਾਲਾ ਟੁੱਟੀ ਅੱਜ ਤਸਬੀਹ ਦੀ ਡੋਰ ਮੇਰਾ ਨਾਮ ਹੀ ਰੱਖੋ ਹੋਰ ਤੇ ਉਹ ਬੜੇ ਖੂਬਸੂਰਤ ਇਨਸਾਨ ਸਨ ਔਰ ਉੱਚਾ ਲੰਮਾ ਕੱਦ ਔਰ ਮਜ਼ਬੂਤ ਜਿਸਮ ਤੇ ਬੜੇ ਵਜਹੀਸ ਹਨ ਵਜਹੀਸ ਹਨ ਹਾਂ ਇੱਕ ਹੋਰ ਕਲਾਮ ਉਹਨਾਂ ਦਾ ਸੀ ਜੀ ਮੈਂ ਨਾ ਨਿੱਕੇ ਨਿੱਕੇ ਦੋ ਤਿੰਨ ਗੱਲਾਂ ਗੱਲਾਂ ਸੁਣੀਆਂ ਜਿਸ ਤਰ੍ਹਾਂ ਦੇਖੋ ਕਿਸੇ ਸ਼ੈ ਤੂੰ ਉਹਦੀ ਫਿਤਰਤ ਦੇ ਉਲਟ ਕੰਮ ਲੈਣਾ ਜ਼ੁਲਮ ਹੈ ਬਿਲਕੁਲ ਕਿੱਡਾ ਵੱਡਾ ਫਲਸਫਾ ਹੈ ਕਿ ਤੁਸੀਂ ਇੱਕ ਬੰਦਾ ਹੈ ਨਾ ਕਿ ਉਹ ਅ اچھا ਗਿਟਾਰ ਵਜਾ ਸਕਦਾ ਹੈ ਮਿਊਜ਼ੀਸ਼ੀਅਨ ਹੈ ਤੁਸੀਂ ਉਹਨੂੰ ਕਹੋਗੇ ਤੂੰ ਕੋਈ ਹੋਰ ਐਸਾ ਕੰਮ ਕਰ ਜਿਹੜੀ ਉਹਦੀ ਫਿਤਰਤ ਦੇ ਖਿਲਾਫ ਹੈ। ਬਿਲਕਿ ਇਹਦੇ ਵਿੱਚ ਅਗਰ ਫਲਸਫੇ ਨੂੰ ਥੋੜਾ ਜਿਹਾ ਗ੍ਰਾਸ ਰੂਟਲ ਲੈ ਕੇ ਜਾਈਏ ਤੇ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਜਿੰਨੇ ਬੱਚੇ ਸਕੂਲ ਜਾ ਰਹੇ ਨੇ ਸਭ ਨੇ ਡਾਕਟਰ ਜਾਂ ਇੰਜੀਨੀਅਰ ਬਣੇ। ਹਾਂ ਬਿਲਕੁਲ। ਹਾਲਾਂਕਿ ਉਹਦੇ ਵਿੱਚ ਬਥੇਰੇ ਪੇਂਟਰ ਵੀ ਨੇ, ਆਰਟਿਸਟ ਵੀ ਨੇ। ਤੇ ਇਹ ਕਿ ਕੰਮ ਲੈਣਾ ਹੀ ਗਲਤੀ ਹੈ ਕਿਉਂਕਿ ਜਦੋਂ ਤੁਸੀਂ ਜੋ ਫਿਤਰਤ 'ਚ ਹੈ ਉਹ ਕੰਮ ਲਵੋਗੇ ਤੇ ਉਹ ਕੰਮ ਆਪਣੀ ਐਸਲਾਈਤਾਂ ਦੇ ਮੁਤਾਬਕ ਕਰੇਗਾ। ਇਸੇ ਤਰ੍ਹਾਂ ਕਹਿੰਦੇ ਨੇ ਹੁਸਨ ਇਸ਼ਕ ਦੀ ਨਜ਼ਰ ਹੈ। ਹਮ ਤੇ ਇਸ਼ਕ ਹੁਸਨ ਦੇ ਯਾਨੀ ਇਸ਼ਕ ਹੁਸਨ ਦੇ ਨੇੜੇ ਹੁੰਦੀ ਖਾਹਿਸ਼ਦਾਨਾ ਤੇ ਇਤਨਾ ਖੂਬਸੂਰਤ ਮੈਂ ਇਨੀ ਕਿਨੇ ਕਿ ਦੋ ਤਿੰਨ ਚੀਜ਼ਾਂ ਤੁਹਾਡਾ ਨਾਲ ਸ਼ੇਅਰ ਕਰਨੀਆਂ ਉਹ ਕਹਿੰਦੇ ਨੇ ਇਨਸਾਨ ਇੱਕ ਵੱਡਾ ਰਾਜ਼ ਹੈ ਤੇ ਇਹਦੇ ਨਾਲ ਕਦੀ ਝਗੜਾ ਨਾ ਕਰਨਾ ਠੀਕ ਹੈ ਹੁਣ ਤੁਸੀਂ ਦੇਖੋ ਕਿ ਉਹ ਇਨਸਾਨ ਦੀ ਹਸਤੀ ਜਿਹੜੀ ਉਹਦੇ ਵਿੱਚ ਸਾਰਾ ਕੁਝ ਹੈ ਫਿਰ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਰਿਸ਼ਤੇ ਨੇ ਸਾਡੀਆਂ ਮੁਹੱਬਤਾਂ ਨੇ ਨਫ਼ਰਤਾਂ ਨੇ ਇਹ ਅਸਲੀ ਕਦੇ ਨਹੀਂ ਮੁੱਕਦੇ ਕਿਉਂਕਿ ਜਿਹੜੇ ਅਲਫ਼ਾਜ਼ ਨੇ ਉਹ ਅਸੀਂ ਰਿਕਾਰਡ ਕਰ ਲੈਨੇ ਆ ਯਾਦ ਰਹਿ ਜਾਂਦੇ ਨੇ ਔਰ ਉਹ ਜਦੋਂ ਅਸੀਂ ਕਿਸੇ ਬੰਦੇ ਦੇ ਬਾਰੇ ਯਾਦ ਕਰਨੇ ਆ ਤਾਂ ਫਿਰ ਸਾਨੂੰ ਉਹਦੇ ਉਹ ਬੋਲਿਓ ਅੱਖਰ ਯਾਦ ਆਂਦੇ ਨੇ ਤੇ ਕਿਸੇ ਦੀ ਕਿਸੇ ਨੂੰ ਦੋਸਤ ਕਹਿ ਦੇਣ ਮਗਰੋਂ ਅਸੀਂ ਫਿਰ ਉਹਦੀ ਜਿਹੜੀ ਜਫਾਏ ਬਰਦਾਸ਼ ਨਹੀਂ ਕਰਦੇ ਤੇ ਨਿੱਕੇ ਨਿੱਕੇ ਗੱਲਾਂ ਤੇ ਅਗਰ ਸੀ ਆਪਣੇ ਆਪ ਨੂੰ ਕਾਬੂ ਪਾਈਏ ਤੇ ਫਿਰ ਅਸੀਂ ਇੱਕ ਕਾਮਯਾਬ ਜ਼ਿੰਦਗੀ ਗੁਜ਼ਾਰ ਸਕਨੇ ਆ ਔਰ ਮਾਫੀ ਦੇ ਬੰਦਾਂ ਲਈ ਇੱਕ ਬੜੀ ਵੱਡੀ ਗੱਲ ਹੈ ਉਹ ਕਹਿੰਦੇ ਨੇ ਅਸੀਂ ਲੋਕਾਂ ਨੂੰ ਮਾਫ ਨਹੀਂ ਕਰਦੇ ਇਸ ਲਈ ਕਿ ਗਲਤੀ ਤੇ ਹਰ ਬੰਦਾ ਕਰਦਾ ਹੈ ਔਰ ਗਲਤੀ ਤੇ ਮਾਫੀ ਹੁੰਦੀ ਗਲਤੀ ਦੀਏ ਵਰਨਾ ਅਗਰ ਗਲਤੀ ਨਾ ਹੁੰਦੀ ਤਾਂ ਮਾਫੀ ਦਾ ਲਫ਼ਜ਼ ਹੀ ਨਾ ਹੁੰਦਾ ਮਾਫੀ ਮੌਜੂਦ ਹੀ ਨਾ ਹੁੰਦੀ ਐਸ ਲਈ ਉਹ ਕਹਿੰਦੇ ਨੇ ਇਹ ਪੱਕੀ ਗੱਲ ਹੈ ਕਿ ਜਿਹੜਾ ਕਿਸੇ ਦੀ ਗਲਤੀ ਮਾਫ ਨਹੀਂ ਕਰਦਾ ਉਹਦੀ ਗਲਤੀ ਵੀ ਮਾਫ ਨਹੀਂ ਹੋਵੇਗੀ ਯਾਨੀ ਜੋ ਅਸੀਂ ਦੂਸਰਿਆਂ ਨਾਲ ਇਸ ਤਰੀ ਜਿਹੜਾ ਰਹਿਮ ਨਹੀਂ ਕਰਦਾ ਉਹਦੇ ਤੇ ਰਹਿਮ ਨਹੀਂ ਕੀਤਾ ਜਾਏਗਾ ਤੇ ਜਿਹੜਾ ਬੰਦਾ ਦੂਜਿਆਂ ਨੂੰ ਆਪਣੇ ਆਪ ਤੇ ਤਰਜੀਹ ਦਿੰਦਾ ਉਹ ਚੰਗਾ ਬੰਦਾ ਨਹੀਂ ਹੈ ਬਲਕਿ ਉਹ ਕਹਿੰਦੇ ਨੇ ਪੱਕਾ ਸ਼ੈਤਾਨ ਹੈ ਇੱਕ ਵੱਡੀ ਗੱਲ ਉਹ ਕਹਿੰਦੇ ਨੇ ਮੈਂ ਤੁਹਾਨੂੰ ਇੱਕ ਬੜੀ ਵੱਡੀ ਗੱਲ ਦੱਸਣਾ ਕਿ ਸਬਰ ਤੋਂ ਬਿਹਤਰ ਕੋਈ ਸ਼ੈ ਨਹੀਂ ਔਰ ਸਬਰ ਤੋਂ ਬਿਹਤਰ ਅਗਰ ਕੋਈ ਵੱਡੀ ਸ਼ੈ ਹੈ ਤਾਂ ਉਹ ਹੈ ਸ਼ੁਕਰ ਸ਼ੁਕਰ ਹੂੰ ਸ਼ੁਕਰ ਅਦਾ ਕਰੋ ਔਰ ਉਹਨਾਂ ਕਹਿੰਦੇ ਕਿ ਸਭ ਦੀ ਮੌਜੂਦਗੀ ਵੀ ਸ਼ੁਕਰ ਅਦਾ ਕਰੋ ਔਰ ਇਹ ਆਖੋ ਕਿ ਅਰਬ ਜਿਨੇ ਸਾਡੇ ਨਾਲ ਜ਼ਿਆਤੀ ਤੇ ਜ਼ੁਲਮ ਕੀਤਾ ਅਸੀਂ ਉਹਨਾਂ ਨੂੰ ਵੀ ਮਾਫ ਮਾਫ ਕੀਤਾ ਵਾਹ ਉਹਨੇ ਵੱਡੀਆਂ ਗੱਲਾਂ ਨੇ ਜਿਹੜੀਆਂ ਕਿ ਮੁਆਸ਼ਰੇ ਵਿੱਚ ਸਾਨੂੰ ਰਵਾਦਾਰੀ ਦਾ ਸਬਕ ਦਿੰਦੀਆਂ ਹਨ ਆ ਉਹਨਾਂ ਆਖਰੀ ਮੈਂ ਗੱਲ ਉਹ ਕਹਿੰਦੇ ਨੇ ਜਿੱਥੇ ਇੱਕ ਦੌਰ ਖਤਮ ਹੁੰਦਾ ਹੈ ਉੱਥੋਂ ਹੀ ਦੂਜਾ ਦੌਰ ਸ਼ੁਰੂ ਹੋ ਜਾਂਦਾ ਹੈ ਇਸ ਲਈ ਕਦੀ ਮਾਇੂਸ ਨਾ ਹੋ ਅੱਛਾ ਉਹਨਾਂ ਦਾ ਮਾਇੂਸ ਹੋਣ ਦੇ ਬਾਰੇ ਨਾਲ ਬੜਾ ਉਹਨਾਂ ਦਾ ਉਹਨਾਂ ਦੇ ਮੁਕਾਲਮਾਤ ਵਿੱਚ ਔਰ ਖੁਤਬਾਤ ਵਿੱਚ ਉਹਨਾਂ ਕਹਿੰਦੇ ਆਪਣੇ ਆਪ ਨੂੰ ਮਾਇੂਸ ਹੋਣਾ ਆਪਣੇ ਰੱਬ ਤੋਂ ਮਾਇੂਸ ਹੋਣਾ ਜੇ ਤੁਸੀਂ ਰੱਬ ਨੂੰ ਸਮਝਦੇ ਹੋ ਕਿ ਤੁਹਾਡੇ ਨਾਲ ਹੈ ਫਿਰ ਮਾਇੂਸ ਨਾ ਹੋ ਵਰਲਡ ਮਦਰ ਲੈਂਗੁਏਜ ਡੇ ਆ ਰਿਹਾ ਬਿਲਕੁਲ 21 ਫਰਵਰੀ ਨੂੰ ਇਸ ਦੇ ਬਾਰੇ ਥੋੜਾ ਜਿਹਾ ਇਨਫੋਰਮੇਸ਼ਨ ਵੇਖਣ ਵਾਲਿਆਂ ਨੂੰ ਦਵੋ ਔਰ ਫਿਰ ਵਾਸਫ ਸਾਹਿਬ ਦੇ ਸਿੱਖਿਆਰੀ ਉਹਦੇ ਨਾਲ ਜੋੜ ਕੇ ਪੜਾਂਗੇ ਜੀ वर्ल्ड uh, लैंगुएज तो पता इक्की फरवरी में हर साल अस मना और तारीख तो मैं इस वे नहीं दसना चाहती क्योंकि <laughs> बड़ी दुखी तारीख है तो <laughs> असी ये फरवरी बारे गल करा क्योंकि अले काफ़ी दिन है यदा आगाज़ भी साया है तो पता ही है सबू लेकिन देखो अकौमी मुतहदा के मुताबिक हर बच्चे हक हासिल होंगे कि वो अपनी बुनियादी तलीम अपनी मादरी जबानी हासिल करे ਤੇ 21 ਫਰਵਰੀ ਨੂੰ ਵੀ ਇਸੇ ਤਰੀ ਮادری ਜ਼ਬਾਨਾਂ ਦੇ ਦਿਨ ਦੇ ਵਾਰੇ ਨਾਲ ਮਨਾਇਆ ਜਾਂਦਾ ਤੇ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਔਰ ਮادری ਜ਼ਬਾਨ ਦੀ ਜਿਹੜੀ ਖਾਸ ਮਹੱਤ ਹੈ ਕਿ ਅਸੀਂ ਜਿੱਥੇ ਪੈਦਾ ਹੁੰਦਾ ਨਾ ਬੰਦਾ ਮادری ਜ਼ਬਾਨ ਮਾਂ ਦੀ ਜ਼ਬਾਨ ਨਹੀਂ ਧਰਤੀ ਦੀ ਜ਼ਬਾਨ ਹੈ ਕਿਉਂਕਿ ਜਿਹੜੇ ਧਰਤੀ ਦੇ ਰੁੱਖ ਨੇ ਜਿਹੜੇ ਧਰਤੀ ਦੇ ਰੰਗ ਨੇ ਧਰਤੀ ਦੀਆਂ ਹਵਾਵਾਂ ਨੇ ਧਰਤੀ ਦੀ ਮਿੱਟੀ ਹੈ ਇਹ ਵੀ ਸਾਡੇ ਵਿਜੂਦ ਦਾ ਹਿਸਾ ਹੁੰਦੇ ਜਿੱਥੇ ਅਸੀਂ ਪੈਦਾ ਹੁੰਨੇ ਆ ਤੁਸੀਂ ਦੇਖੋ ਜਦੋਂ ਕਿਸੇ ਹੋਰ ਅਸੀਂ ਮੁਲਕ ਜਾਂਦੇ ਆ ਮੌਸਮ ਜਾਂਦੇ ਆ ਤੇ ਸਾਨੂੰ ਕੁਝ ਚਿਰ ਲੱਗਦਾ ਉੱਥੇ ਦੇ ਐਡਜਸਟ ਹੋਣ ਲਈ ਐਡਜਸਟ ਹੋਣ ਚ ਕਿਉਂਕਿ ਸਾਡੇ ਵਿੱਚ ਇਹ ਮਿੱਟੀ ਹੈ ਇਹ ਹਵਾਵਾਂ ਨੇ ਇਹ ਜਿਹੜੇ ਸਾਡੇ ਦਰਖਤ ਨੇ ਇੱਕ ਵਾਰੀ ਐਸਾ ਹੋਇਆ ਸੀ ਕਿ ਦਰਖਤ ਕੁਝ ਹੋਰ ਲਾਹੌਰ ਚ ਲੱਗਣੇ ਸ਼ੁਰੂ ਹੋ ਗਏ ਤੇ ਮੈਂ ਉਹਦੇ ਤੇ ਕਲਮ ਵੀ ਲਿਖਿਆ ਕਿਉਂਕਿ ਇਹਦੇ ਵਿੱਚ ਕੁਫਤੇ ਮਦਾਫਤ ਹੈ ਇਹ ਇਹ ਜਿਹੜਾ ਦਰਖਤ ਰੱਬ ਨੇ ਕੁਦਰਤ ਨੇ ਜਿਹੜਾ ਪੈਦਾ ਕੀਤਾ ਨਿਜ਼ਾਮ ਉਹਦੇ ਵਿੱਚ ਉਹਦੇ ਪਿੱਛੇ ਇੱਕ ਖਾਸ ਕਾਰੀਗਰੀ ਹੈ ਤੇ ਜਿਹੜੀ ਮਾਦਰੀ ਜ਼ਬਾਨੇ ਦੀ ਸਭ ਤੋਂ ਵੱਡੀ ਅਮੀਰ ਦੇਖੋ ਕਿ ਕੁਰਾਨੇ ਮਜੀਦ ਵੀ ਅਰਬ ਦੀ ਜ਼ੁਬਾਨੇ ਚ ਉਤਾਰਿਆ ਗਿਆ ਸੀ ਬਿਲਕੁਲ ਉਤਾਰਿਆ ਗਿਆ ਇਸੇ ਤਰੀਕੇ ਪਹਿਲੀਆਂ ਇਰਿ ਇਲਹਾਮੀ ਕਿਤਾਬਾਂ ਸੀ ਉਹ ਵੀ ਇਸੇ ਤਰੀਕੇ ਆਈਆਂ ਤੇ ਮਾਧਵੀ ਜ਼ੁਬਾਨ ਦੀ ਤੇ ਬਹੁਤ ਇਮੀਅਤ ਹੈ ਇਹਦੇ ਚ ਤੁਹਾਨੂੰ ਜਿਹੜੀ ਤੁਸੀਂ ਗੱਲ ਕਰਦੇ ਹੋ ਉਹਨੂੰ ਉਹਦੇ ਲਈ ਤੁਹਾਨੂੰ ਵਕਤ ਨਹੀਂ ਕਰਨਾ ਪੈਂਦਾ ਲਫ਼ਜ਼ ਨਹੀਂ ਢੂੰਢਣੇ ਪੈਂਦੇ ਤੁਹਾਡੇ ਅੰਦਰੋਂ ਆਪ ਸ਼ਾਹ ਦੀ ਤਰ੍ਹਾਂ ਅੱਖਰ ਡਿੱਗਦੇ ਨੇ دانش ਨਿਕਦੀ ਹੈ ਬਿਲਕੁਲ ਅਰੇ ਖਾਸ ਅੰਦਾਜ਼ੇ ਦੇ ਮੁਤਾਬਕ ਦੁਨੀਆ ਵਿੱਚ तकरीबन 7000 ਜ਼ੁਬਾਨਾਂ ਨੇ 7000 ਤੋਂ ਵੀ ਵੱਧ ਨੇ ਤੇ ਰੰਗਾ ਰੰਗੀ ਹੈ ਜ਼ੁਬਾਨਾਂ ਦੀ ਤੇ ਉਹਦੇ ਵਿੱਚ ਤੁਸੀਂ ਕੌਣ ਹੋ ਤੁਹਾਡੀ ਕਿਹੜੀ ਬੋਲੀ ਹੈ ਉਹਨੂੰ ਪਛਾਣਨ ਦਾ ਮਾਦੀ ਜਿਹੜੀ ਪਛਾਣ ਹੁੰਦੀ ਹੈ ਉਹਨਾਂ ਦੀ ਜ਼ੁਬਾਨ ਤੋਂ ਹੁੰਦੀ ਹੈ ਕਿਉਂਕਿ ਕਲਚਰ ਹਰਸ਼ ਹੈ ਤੁਹਾਡਾ ਇਹਦੇ ਨਾਲ ਜੁੜਿਆ ਹੈ ਜੀ ਤੁਸੀਂ ਉਹਨਾਂ ਦੀ ਕੋਈ ਚੀਜ਼ ਸਾਂਝੀ ਕਰੋ ਉਹ ਕਹਿੰਦੇ ਨੇ ਕਿ ਬਾਹਰੋਂ ਚਿੱਟੇ ਅੰਦਰੋਂ ਕਾਲੇ ਇਹ ਬਗਲੇ ਮੈਂ ਆਪੂ ਪਾਲੇ ਵਾਹ ਅਮਾਲ ਤੁਸੀਂ ਦੇਖੋ ਨਾ ਕਿ ਬਾਹਰੋਂ ਚਿੱਟੇ ਅੰਦਰੋਂ ਕਾਲੇ ਇਹ ਬਗਲੇ ਮੈਂ ਆਪੂ ਪਾਲੇ ਮਕੜੀ ਵਾਂਗੂ ਬੁੰਨਦਾ ਰੇ ਨਾ ਜ਼ਿੰਦ ਵਿਚਾਰਾ ਸੋਚਦੇ ਜਾਲੇ ਪੁਤਲੀ ਨੇ ਕੀ ਰੰਗ ਜਮਾਇਆ ਜਾਨਨ ਨਾਚ ਨਚਾਵਣ ਵਾਲੇ ਵਾਹ ਕੁਤਲੀ ਨਹੀਂ ਕੀ ਰੰਗ ਜਮਾਇਆ ਡੂੰਗਾ ਸ਼ੇਰ ਹੈ ਡੂੰਗਾ ਸ਼ੇਰ ਆ ਤੇ ਫੇਰੀ ਕੋਰ ਸ਼ੇਰ ਹੈ ਕਿ ਆਪੂ ਬੈਠ ਕੇ ਫੁੱਲਾਂ ਦੇ ਵਿੱਚ ਕੀਤਾ ਸਾਡੇ ਬਾਗ ਹਵਾਲੇ ਹਮਮ ਔਰ ਕਿੰਨੀ ਖੱਪ ਮਚਾਉਂਦੇ ਬੰਦੇ ਆ ਜਾਏ ਕੱਲ ਜਾਵਣ ਵਾਲੇ ਕਿਤਨੀ ਵੱਡੀ ਗੱਲ ਹੈ ਕਿ ਤੁਸੀਂ ਦੁਨੀਆ ਤੇ ਆਣਾ ਤੇ ਜਾਣਾ ਤੇ ਬਸ ਮਦੂਦ ਮਦੂਦ ਹੈ ਹੌਸੇ ਆਸੇ ਤੇ ਔਰ ਈ ਕੋ ਕਹਿੰਦੇ ਨੇ ਕਿ ਜਿਸ ਤਰ੍ਹਾਂ ਪਰਦੇਸ ਚ ਕੋ ਬੰਦਾ ਜਾਂਦਾ ਹੈ ਤੇ ਕੋਈ ਕਮਾਈ ਕਰਨ ਜਾਂਦਾ ਬੰਦਾ ਤੇ ਉਹਨੂੰ ਪਤਾ ਹੁੰਦਾ ਮੈਂ ਵਾਪਸ ਜਾਣਾ ਹੈ ਉਹ ਕਹਿੰਦੇ ਨੇ ਦੁਨੀਆ ਵੀ ਪਰਦੇਸ ਹੈ ਤੁਸਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਇੱਥੋਂ ਵਾਪਸ ਜਾਣਾ ਹੈ ਫਿਰ ਜਿਹੜਾ ਅਸੀਂ ਆਪਣੇ ਬਾਤਾਂ ਨਾਲ ਧਿਆਨ ਕਰਨ ਦੀ ਗੱਲ ਕਰਨੇ ਉਹ ਕਹਿੰਦੇ ਰਾਖੋਜੋ ਆਪਣੇ ਅੰਦਰ ਦਾ ਕੋਈ ਵਿਰਲਾ ਮੋਤੀ ਲੈਤਰ ਦਾ ਜੋ ਠਾਠਾਂ ਅੱਖਾਂ ਵਿੱਚ ਮਾਰੇ ਮੈਂ ਮੋਤੀ ਉਸ ਸਮੁੰਦਰ ਦਾ ਔਰ ਜਿੰਨੇ ਆਪਣਾ ਕਾਸਾ ਤੋੜਿਆ ਏ ਉਹ ਗਹਿਰਾਂ ਦੇ ਕਾਸੇ ਪਰਦਾ वाह 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 बहुत खूबसूरत गलत जी डॉक्टर साहब फिर दावत देंगे और हो सूफी बबे के बारे या किसी होर शहर के बारे में गल करा तो नाजरीन हूँ वेला हो गया एक निकी जी ब्रेक का ब्रेक वाले के वापस आने ਜੀ ਇੱਕ ਦਫਾ ਫੇਰ ਮਿੱਤਰੋ ਤੇ ਬੇਲਿਓ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਪ੍ਰੋਗਰਾਮ ਦਾ ਨਾਮ ਹੈ ਅੱਜ ਦਾ ਮਹਿਮਾਨ ਮੇਰਾ ਨਾਮ ਹੈ ਅਲੀ ਉਸਮਾਨ ਬਾਜਵਾ ਮੇਰੇ ਨਾਲ ਸੋਨੀਆ ਸ਼ੇਖ ਵੀ ਮੌਜੂਦ ਨੇ ਔਰ ਸਾਡੇ ਨਾਲ ਸਟੂਡੀਓ ਵਿੱਚ ਸਲੀਮ ਮੁਗਲ ਸਾਹਿਬ ਵੀ ਮੌਜੂਦ ਨੇ ਵਾਸਿਫ ਅਲੀ ਵਾਸਿਫ ਸਾਹਿਬ ਦੇ ਹਵਾਲੇ ਨਾਲ ਗੱਲਬਾਤ ਹੋ ਰਹੀ ਸੀ ਉਹਨਾਂ ਦੀ ਸ਼ਾਇਰੀ ਦੇ ਹਵਾਲੇ ਨਾਲ ਗੱਲਬਾਤ ਹੋ ਰਹੀ ਸੀ ਲੇਕਿਨ ਸਟੂਡੀਓ ਵਿੱਚ ਇੱਕ ਫਨਕਾਰ ਮੌਜੂਦ ਨੇ ਉਹਨਾਂ ਨਾਲ ਚੱਲਨੇ ਆ ਵੇਖਨੇ ਆ ਕਿ ਉਹ ਕਿੱਥੋਂ ਤੱਕ ਪਹੁੰਚੇ ਨੇ ਉਹਨਾਂ ਦਾ ਫਨਪਾਰਾ ਕਿੱਥੋਂ ਤੱਕ ਪਹੁੰਚਿਆ ਜੀ ਸਲੀਮ ਸਾਹਿਬ ਕਿੱਥੋਂ ਤੱਕ ਗੱਲ ਆਪੜੀ ਹੈ ਜੀ ਅਲਹਮਦੁਲਿਲਾ ਮੈਂ ਪਾਕਿਸਤਾਨ ਪੀਟੀਵੀ ਪਾਕਿਸਤਾਨ ਟੀਵੀ ਦਾ ਲੋਗੋ ਕੱਟ ਲਿਆ ਵਾਹ ਇਹ ਮਸੀ ਐਦੇ ਐਦੀ ਜਗ੍ਹਾ ਦੇ ਉੱਤੇ ਅਸੀਂ ਫਿਕਸ ਕਰਾਂਗੇ ਪੇਸਟ ਕਰਨਾ ਇਹਨੂੰ ਠੀਕ ਹੈ ਤੇ ਇਸੇ ਤਰ੍ਹਾਂ ਸਾਡੇ ਸਟੂਡੀਓ ਦੇ ਵਿੱਚ ਦੋ ਹੋਰ ਪ੍ਰੋਣੀਆਂ ਵੀ ਆ ਗਈਆਂ ਨੇ ਸ਼ੋਬਿਜ਼ ਦੀ ਦੁਨੀਆ ਨਾਲ ਇਹਨਾਂ ਦਾ ਤਾਲੁਕ ਹੈ ਚਮਕਦੇ ਦਮਕਦੇ ਸਤਾਰੇ ਇੱਕ ਤੇ ਉੱਭਰਦੀਆਂ ਹੋਈਆਂ ਐਕਟ੍ਰੈਸ ਨੇ ਮਾਡਲ ਨੇ ਔਰ ਇੱਕ ਜਿਨ੍ਹਾਂ ਨੇ ਕਿ ਪਹਿਲੇ ਜਰਨੀ ਸਟਾਰਟ ਕੀਤੀ ਉਹਨਾਂ ਤੋਂ ਦੋ ਵੀ ਮੌਜੂਦ ਨੇ ਸਾਡੇ ਨਾਲ ਸਭ ਤੋਂ ਪਹਿਲੇ ਫਰਜ਼ੀਨ ਮਲਕ ਸਾਹਿਬਾ ਬੈਠੀਆਂ ਹੋਈਆਂ ਨੇ ਇਹਨਾਂ ਨੂੰ ਤੁਸੀਂ ਮੰਜੀ ਕਿੱਥੇ ਡਾਵਾ ਪੀਟੀਵੀ ਦੇ ਹੀ ਡਰਾਮੇ ਚ ਵੇਖਿਆ ਹੋਏਗਾ ਇਸ ਤੋਂ ਇਲਾਵਾ ਮਾਡਲਿੰਗ ਕਰਦੀਆਂ ਨੇ ਮਿਊਜ਼ਿਕ ਵੀਡੀਓਜ਼ 'ਚ ਇਹਨਾਂ ਨੂੰ ਵੇਖਿਆ مختلف ਫੋਟੋ ਸ਼ੂਟਸ ਦੇ ਵਿੱਚ ਤੁਸੀਂ ਇਹਨਾਂ ਨੂੰ ਵੇਖਿਆ ਹੋਣਾ ਜੀ ਐਨੂੰ ਕਿੰਨਾ ਤਾਂ ਆਪਣੇ ਪ੍ਰੋਗਰਾਮ 'ਚ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਮੈਂ ਦੂਸਰੇ ਮਹਿਮਾਨ ਦਾ ਤਾਰਫ ਕਰਵਾਉਂਦੀ ਚਲਾਂ ਜੇ ਦੂਸਰੀ ਮਹਿਮਾਨ ਹੈ ਸਾਡੀ ਇਹ ਬਹੁਤ ਸੋਹਣੀ ਬੜੀ ਪਿਆਰੀ ਜੀ ਕੁੜੀ ਨੇ ਇਹ ਮਾਡਲਿੰਗ ਵੀ ਕਰਦੀ ਨੇ ਹੋਸਟ ਵੀ ਪ੍ਰੋਗਰਾਮਸ ਨੂੰ ਕਰ ਚੁੱਕੇ ਨੇ ਤੇ ਇਹਦੇ ਨਾਲ ਨਾਲ ਆਦਾਕਾਰਾ ਵੀ ਨੇ ਸਾਡੇ ਨਾਲ ਮੌਜੂਦ ਨੇ ਪ੍ਰੋਗਰਾਮ 'ਚ ਫਲਕਬ ਥੈਂਕ ਯੂ ਸੋ ਮਚ ਫਲਕ ਤਾਨੂ ਪ੍ਰੋਗਰਾਮ ਇੰਜ ਜੀ ਆਨੂ ਕਹਨੇ ਆ ਬਹੁਤ ਸ਼ੁਕਰੀਆ ਜੀ ਬਿਲਕੁਲ ਠੀਕ ਕਿਹਦਾ ਲੱਗ ਰਿਹਾ ਫਲਕ ਪ੍ਰੋਗਰਾਮ ਇਚ ਜਾ ਕੇ ਬਹੁਤ ਅੱਛਾ ਪਹਿਲੀ ਦਫਾ ਪੰਜਾਬੀ ਸ਼ੋ ਹਮ ਅੱਛਾ ਲੱਗ ਰਿਹਾ ਹੈ ਸਹੀ ਤੇ ਫਿਰ ਜੀ ਤਾਨੂ ਜੀ ਮੈਨੂੰ ਵੀ ਬਹੁਤ ਅੱਛਾ ਲੱਗ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਪੀਟੀਵੀ ਤੇ ਸਾਡਾ ਆਪਣਾ ਕਾਰੇ ਇਥੋ ਸਟਾਰਟ ਵੀ ਕੀਤਾ ਔਰ ਬਹੁਤ ਅੱਛਾ ਲੱਗਦਾ ਜਦੋਂ ਵੀ ਪੀਟੀਵੀ ਤੋਂ ਬੁਲਾਵਾ ਆਂਦਾ ਹੈ ਬਹੁਤ ਅੱਛਾ ਲੱਗਦਾ ਥੋੜਾ ਜਿਹਾ ਆਪਣੇ ਜਰਨੀ ਬਾਰੇ ਨਾ ਨਾਜ਼ਰੀਨ ਨੂੰ ਦੱਸੋ ਅੱਜੀ ਜਰਨੀ ਬਸ 2005 ਤੋਂ ਸਟਾਰਟ ਲਿਆ ਪੀਟੀਵੀ ਤੋਂ ਹੀ ਡਰਾਮੇ ਤਾਰਿਕ ਜਮੀਨ ਸਾਹਿਬ ਦਾ ਡਰਾਮਾ ਸੀ ਉਹਦੇ ਚੋਂ ਸਟਾਰਟ ਲਿਆ ਔਰ ਪਹਿਲੇ ਡਰਾਮੇ ਚ ਮਾਸ਼ਾਅੱਲਾ ਅੱਲਾ ਨੇ ਬੜੀ ਇੱਜ਼ਤ ਦਿੱਤੀ ਪੀਟੀਵੀ ਅਵਾਰਡਸ ਹੋ ਰਹੇ ਸੀ ਉਹਨਾਂ ਜਨੋਮੀਨੇਸ਼ਨ ਚਲੀ ਗਈ ਪਹਿਲੇ ਡਰਾਮੇ ਤੋਂ ਹੀ ਤੇ ਬਸ ਫਿਰ ਮਾਸ਼ਾਅੱਲਾ ਉੱਥੇ ਹੀ ਜਰਨੀ ਸਟਾਰਟ ਹੋ ਗਈ ਮਡਲਿੰਗ ਵੀ ਕਰਦੀ ਰਹੀ ਵੀਡੀਓ ਸੰਗਸ ਵੀ ਕੀਤੇ ਫਿਰ ਥੋੜਾ ਜਿਹਾ ਮੈਂ ਕਿਹਾ ਚਲੋ ਫਿਲਮਾਂ ਨੂੰ ਵੀ ਟਾਈਮ ਦੇ ਦੋ ਪਰ ਫਿਲਮਾਂ ਚ ਕੰਮ ਕੀਤਾ ਅੱਛਾ ਉਦੇ ਬਾਅਦ 2011 12 ਦੇ ਕਰੀਬ ਫਿਰ ਮੈਂ ਥੋੜਾ ਜਿਹਾ ਸ਼ੋਬਿਜ਼ ਤੋਂ ਪਿਛੇ ਹੋ ਗਈ ਥੋੜੇ ਮੇਰੇ ਕੁਝ ਆਪਣੇ ਥੋੜੀ ਮਸਰੂਫੀਅਤ ਸੀ ਜ਼ਾਤੀ ਜ਼ਿੰਦਗੀ ਦੀ ਤੇ ਬਸ ਫਿਰ ਉਹਦੇ ਬਾਅਦ ਫਿਰ ਸਟਾਰਟ ਲਿਆ ਤੇ ਪੀਟੀਵੀ ਤੋਂ ਹੀ ਲਿਆ ਅਲੀਆਸ ਚੌਧਰੀ ਸਾਹਿਬ ਦਾ ਮਨਜੀ ਕਿੱਥੇ ਡਾਵਾਂ ਮਾਸ਼ਾਅੱਲਾ ਸਿਟਕਾਮ ਬਹੁਤ ਅੱਛਾ ਰਿਸਪੌਂਸ ਮਿਲਿਆ ਬਹੁਤ ਅੱਛਾ ਸੀ ਲੇਕਿਨ ਬਸ ਉਹ ਹੁਣ ਖਤਮ ਹੋ ਗਿਆ ਠੀਕ ਹੈ ਸਹੀ ਤੇ ਅੱਗੋ ਕੀ ਫਿਊਚਰ ਚ ਤੁਸੀਂ ਵੇਖ ਰਹੇ ਹੋ ਟੈਲੀਵਿਜ਼ਨ ਦੇ ਉੱਤੇ ਜ਼ਿਆਦਾ ਨਜ਼ਰ ਆਓਗੇ ਸਾਨੂੰ ਜਾਂ ਸਿਲਵਰ ਸਕਰੀਨ ਸਿਨੇਮਾ ਦੇ ਵਿੱਚ

अच्छा, अच्छा दो ड्रामे देख रही थी बहुत पसंद आ रहे थी वैसे शौक थे नानी नु बचपन तो सी के मैं टीवी ਦੇ ਵਿੱਚ ਨਜ਼ਰ ਆਵਾਂ ਲੇਕਿਨ ਮੇਰਾ ਕਦੀ ਇੰਟਰਸਟ ਨਹੀਂ ਹੋਇਆ ਮੇਰੀ ਸ਼ੁਰੂਆਤ ਹੋਸਟਿੰਗ ਤੋਂ ਹੀ ਮੈਂ ਜ਼ਿੰਦਗੀ ਵਿੱਚ ਮਤਲਬ ਕਾਰ ਦੇ ਵਿੱਚ ਸਭ ਤੋਂ ਘੱਟ ਬੋਲਣ ਵਾਲੀ ਬੰਦੀ ਕਾਮੇਡੀ ਤੋਂ ਮੇਰਾ ਕੋਈ ਵਾਸਤਾ ਨਹੀਂ ਲੇਕਿਨ ਕੰਮ ਮਿਲੇ ਨੇ ਜਿਨ੍ਹਾਂ ਨਾਲ ਮੇਰਾ ਕੋਈ ਤਾਲੁਕ ਨਹੀਂ ਬਸ ਚਲੋ ਲੇਕਿਨ ਤੁਸੀਂ ਪਰਫਾਰਮ ਅੱਛਾ ਕੀਤਾ ਮਸਤਕਬਲ ਵਿੱਚ ਐਸੀ ਤਾਂ ਇੱਕ ਕਾਮਯਾਬ ਅਦਾਕਾਰਾ ਦੇ ਇਨਸ਼ਾਅ ਅੱਛਾ ਮਾਜ਼ੀ ਦੇ ਵਿੱਚ ਪੀਟੀਵੀ ਨੇ ਇੱਕ ਗੋਲਡਨ 에ਰਾ ਵੇਖਿਆ ਔਰ ਹੁਣ ਵੀ ਅਸੀਂ ਬੜੇ ਵਧੀਆ ਡਰਾਮੇ ਮਸਤਕਬਲ ਵਿੱਚ ਵੀ ਵੇਖਾਂਗੇ ਬਿਲਕੁਲ ਤੁਹਾਨੂੰ ਜ਼ਾਤੀ ਤੌਰ ਤੇ ਕਿਹੜੀ ਅਦਾਕਾਰਾ ਪਸੰਦ ਹੈ ਮਾਜ਼ੀ ਦੀ ਮਾਜ਼ੀ ਦੀ ਤੇ ਮਾਸ਼ਾਅੱਲਾ ਬਹੁਤ ਸਾਰੀਆਂ ਐਕਟ੍ਰੀਸਿਸ ਨੇ ਮੈਨੂੰ ਰੂਹੀ ਬਾਨੋ ਸਾਹਿਬਾ ਬਹੁਤ 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 ਮੈਂ ਉਹਨਾਂ ਨੂੰ ਪਸੰਦ ਕਰਦੀ ਸੀ ਔਰ ਮੈਂ ਚਾਂਦੀ ਸੀ ਮੈਂ ਜ਼ਿੰਦਗੀ 'ਚ ਕਦੀ ਉਹਨਾਂ ਨੂੰ ਮਿਲਾਂ ਲੇਕਿਨ ਮੈਂ ਨਹੀਂ ਮਿਲ ਸਕੀ ਉਹਨਾਂ ਨੂੰ ਕਦੀ ਬਹੁਤ ਸਾਰੀਆਂ ਨੇ ਮਾਸ਼ਾਅੱਲਾ ਜਿੰਨੀਆਂ ਸਾਡੀਆਂ ਸੀਨੀਅਰ ਐਕਟ੍ਰੀਸਿਸ ਨੇ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਤਦੀਬ ਸਾਡਾ ਪੀਟੀਵੀ ਮਾਸ਼ਾਅੱਲਾ ਇਹ ਪੀਟੀਵੀ ਦੇ ਡਰਾਮੇ ਪੂਰੀ ਦੁਨੀਆ ਚ ਮਸ਼ਹੂਰ ਹੈ ਕਿ ਜਿਹੜੀ ਅਦਾਕਾਰੀ ਹੈ ਬੇਸਿਕਲੀ ਉਹ ਇੰਟਾਇਰਲੀ ਇੱਕ ਡਿਫਰੈਂਟ ਚੀਜ਼ ਹੈ ਯਾਨੀ ਤੁਹਾਨੂੰ ਕੋਈ ਵੀ ਕਰੈਕਟਰ ਦਿੱਤਾ ਹੈ ਉਹਦੇ ਤੁਸੀਂ ਟੱਲਣਾ ਹੈ ਔਰ ਲੱਗੇ ਕਿ ਅੱਛਾ ਐਫ ਕੀ ਰੇ ਫਕੀਰ ਨਹੀਂ ਹੈ

اور دوسری صبا قمر اچھا کس انداز وچ بہت پسند ہے ریمہ اس چیز دے وچ کہ انہوں نے مطلب افرز انہوںان بہت ہوئی ہیں لیکن انہوں نے اپنے پاکستان تو علاوہ کسی دی افر ایکسیپٹ نہیں کیتی صحیح اپنا نام اپنی پہچان پاکستان دے وچ ہی بنا کے دکھائیے ہمم جت کے انہوںان بہت ساری افرز سی او بار کم کر سکدے سی لیکن انہوں نے کیا نہیں ہمم اس چیز دے وچ کہ بہت بہت بڑی گل ہے کہ تسی اتنی وڈی اپرچونٹی جڑی ہے نا او ٹھکرا دو ਤੇ ਆਪਣੀ ਜਗ੍ਹਾ ਤੇ ਹੀ ਇੱਕ ਮੁਕਾਮ ਬਣਾ ਕੇ ਦਿਖਾਓ ਬਲਕਿ ਉਹਨਾਂ ਦਾ ਅਗਰ ਤੁਸੀਂ ਗੌਰ ਕਰੋ ਤੇ ਇੱਕ ਲੰਮੀ ਜਰਨੀ ਸਿਨੇਮਾ ਦੇ ਵਿੱਚ ਰਹੀ ਹੈ ਔਰ ਇੱਕ ਐਕਟਰ ਉਹ ਨਹੀਂ ਦੇਰੀ ਸਸਟੇਨ ਕਰ ਸਕਦਾ ਜਿੰਨੇ ਦੇ ਤੱਕ ਉਹ ਪਰਫਾਰਮ ਕਰਦਾ ਰਹੇ ਜਿਹੜਾ ਕੋਈ ਮਾਠਾ ਇਕੱਤਰ ਹੋਏਗਾ ਉਹ ਖਤਮ ਹੋ ਜਾਏਗਾ ਯਾਨੁ ਕਾਸਟ ਨਹੀਂ ਕੀਤਾ ਜਾਏਗਾ ਇਸ ਤੋਂ ਇਲਾਵਾ ਬਹੁਤ ਅੱਛੀ ਡਾਂਸਰ ਵੀ ਜਿਵੇਂ ਬਹੁਤ ਜ਼ਿਆਦਾ ਜਿਵੇਂ ਉਹਨਾਂ ਨੇ ਵੇਖਿਆ ਹੋਣਾ ਬਹੁਤ ਸ਼ੋਰ ਦੇ ਵਿੱਚ مختلف ਜਗ੍ਹਾ ਤੇ ਜਿਨੇ ਬਹੁਤ ਮਿਹਨਤ ਬਹੁਤ ਮਿਹਨਤ ਦੇ ਨਾਲ ਆਪਣਾ ਨਾਮ ਬਣਾਇਆ ਹੈ ਔਰ ਉਸ ਵਕਤ ਤੇ ਉਹਨਾਂ ਨੇ ਮਿਹਨਤ ਕੀਤੀ ਜਦੋਂ ਕੋਈ ਇਨੀ ਫੈਸਿਲਿਟੀਆਂ ਵੀ ਨਹੀਂ ਸੀ ਸਹੀ ਤੇ ਅੱਜ ਵੀ ਉਹਨਾਂ ਦੇਖ ਲੋ ਬਹੁਤ ਖੂਬਸੂਰਤ ਨੇ ਮਾਸ਼ਾਅੱਲਾ ਉਹਨਾਂ ਦੀ ਫਿਜ਼ੀਕ ਉਹਨਾਂ ਦੀ ਲੁੱਕ ਇਸ ਤਰ੍ਹਾਂ ਨਹੀਂ ਹੋਈ ਇੰਨੇ ਲੌਂਗ ਟਾਈਮ ਤੋਂ ਬਾਅਦ ਵੀ ਹਾਂਜੀ ਦੂਸਰੀ ਸਬਾ ਕਮਰ ਐਕਟਿੰਗ ਦੇ ਵਿੱਚ ਆ ਬੈਸਟ ਮੰਡੀ ਸਹੀ ਤੁਸੀਂ ਉਹਦੇ ਤੋਂ متاثر ਜੀ ਬਿਲਕੁਲ ਜੀ ਫਰਜ਼ੀ ਨੇ ਦੱਸੋ ਤੁਹਾਨੂੰ ਕਦੋਂ ਲੱਗਿਆ ਕਿ ਮੈਂ ਐਕਟਿੰਗ ਮੈਨੂੰ ਕਰਨੀ ਚਾਹੀਦੀ ਹੈ ਮੈਨੂੰ ਇਸ ਫੀਲਡ ਵਿੱਚ ਜਾਣਾ ਚਾਹੀਦਾ ਜਦੋਂ ਮੇਰਾ ਪਹਿਲਾ ਸ਼ਾਰਟ ਪਿਕਚਰਾਈਜ਼ ਹੋਇਆ ਸੀ ਉਹ ਮੈਨੂੰ ਲੱਗਿਆ ਕਿ ਮੇਰੇ ਇਸ ਫੀਲਡ 'ਚ ਆ ਜਾਣਾ ਚਾਹੀਦਾ ਮੈਂ ਮੈਂ ਸ਼ੁਗਰ ਸ਼ੁਗਰ ਹੀ ਕਰੀ ਸੀ ਬਿਲਕੁਲ ਮੋਸਕ ਯੰਗ ਜੀ ਸੀ ਮੈਂ ਆਈ ਮੇਰਾ ਇੱਕਦਮ ਉਹਨਾਂ ਨੇ ਕਿਹਾ ਤੋ ਬੋਲ ਕੇ ਐਨ ਜਾਣਾ ਤੇ ਮੈਂ ਚਲੀ ਗਈ ਮੈਨੂੰ ਬਿਲਕੁਲ ਆਈਡੀਆ ਹੀ ਨਹੀਂ ਸੀ ਕਿ ਕੀ ਹੋ ਰਿਹਾ ਹੈ ਕੀ ਬਣ ਰਿਹਾ ਹੈ ਕੀ ਹੋਏਗਾ ਜਦੋਂ ਫਿਰ ਮੈਂ ਆਪਣਾ ਫਰਸਟ ਸ਼ਾਰਟ ਦਿੱਤਾ ਤੇ ਉਹ ਕੀ ਹੋ ਗਿਆ ਮੈਂ ਵੇਖਿਆ ਉਹਨੂੰ ਮੋਨੀਟਰ ਤੇ ਮੈਂ ਕਿ ਨਹੀਂ ਬਈ ਕੁੜੀ ਇਹ ਕੰਮ ਚੰਗਾ ਹੈ ਫਲਕ ਤੁਸੀਂ ਇਹ ਲੈ ਸਟਾਰਟ ਕੀਤੀ ਜਰਨੀ ਹੈ ਨਾ ਤੁਹਾਡੇ ਜ਼ਿਹਨ ਚ ਕੀ ਅਪਰੋਚ ਹੈ ਮਤਲਬ ਤੁਹਾਡਾ ਗੋਲ ਕੀ ਹੈ ਅਚੀਵ ਤੁਸੀਂ ਕੀ ਕਰਨਾ ਹੈ ਬਤੋਰਾ ਅਦਾਕਾਰ ਤੁਸੀਂ ਹੀਰੋ ਨਹੀਂ ਆਣਾ ਹੈ ਹਰ ਵਾਰ ਹੀਰੋ ਨਾ ਆਣਾ ਹੀਰੋਇਨ 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 ਨਹੀਂ ਯਾਰ ਹੋਣ ਵਾਲੀ ਇੱਕ ਕੁੜੀ ਆਣਾ ਹੈ ਹਮੇਸ਼ਾ ਹੀ ਆਣਾ ਹੈ ਯਾ ਤੁਸੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਚੈਲੰਜ ਕੀਤਾ ਜਾਏ ਕੋਈ ਐਸਾ ਕੈਰੈਕਟਰ ਦਿੱਤਾ ਜਾਏ ਜਿਹੜਾ ਕਿ ਸ਼ਾਇਦ ਬਾਕੀ ਤੁਹਾਡੇ ਨਾਲ ਦੀਆਂ ਕੁੜੀਆਂ ਨਾਲ ਉਸ ਤਰ੍ਹਾਂ ਪਰਫਾਰਮ ਕਰ ਸਕਣ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੈਨੂੰ ਉਹੀ ਕੰਮ ਮਿਲੇ ਜੋ ਬਿਲਕੁਲ ਮੇਰੇ ਤੋਂ ਹਟਕੇ ਹੋਏ ਕਾਮੇਡੀ ਕਰਨ ਨੂੰ ਮਿਲੇ ਜਦ ਕਿ ਮੈਂ ਆਪਣੇ ਕਾਰਜ ਸਭ ਤੋਂ ਸੜੀਆ ਨਾ ਸੀਰੀਅਸਲੀ ਆ ਤੇ ਹਫਤਾ ਮੇਰੀ ਕਾਮੇਡੀ ਵੀ ਪਹਿਲੇ ਕਾਮੇਡੀ ਮੈਂ ਬਹੁਤ ਸੜੀਆ ਹਕੀਕਤ ਮੇਰੇ ਘਰਨੇ ਕਹਿੰਨੇ ਕਿ ਮਤਲਬ ਸਭ ਤੋਂ ਜ਼ਿਆਦਾ ਸੜੀਆ ਰਹਾ ਲੇਕਿਨ ਮੈਂ ਜੋ ਵੀ ਕੰਮ ਮਿਲੇ ਜ਼ਿਆਦਾਤਰ ਉਹ ਕਾਮੇਡੀ ਤੋਂ ਰਿਲੇਟਡ ਮਿਲੇਆ ਮਤਲਬ ਜੁਕਤਾ ਲਾਣਾ ਤੇ ਇਹ ਸਭ ਕੁਝ ਜੋ ਮਨ ਬਿਲਕੁਲ ਨਹੀਂ ਸੀ ਆਂਦਾ ਫਿਰ ਇਕ ਆਪਣੇ ਕੈਰੀਅਰ ਨੂੰ ਕਿਸ ਤਰ੍ਹਾਂ ਪਰਸੂ ਕਰੋਗੇ ਮਾਡਲ ਦੇ ਤੌਰ ਤੇ ਤੁਸੀਂ ਚਾਹਦੇ ਹੋ ਕਰਨਾ ਜਾਂ ਫਿਰ ਐਕਟਰ ਦੇ ਤੌਰ ਤੇ ਐਕਟਰ ਦੇ ਤੌਰ ਤੇ ਐਕਟਰ ਦੇ ਜ਼ਿਆਦਾ ਇੰਟਰਸਟ ਤੁਹਾਡਾ ਐਕਟਿੰਗ ਇਚ ਠੀਕ ਹੈ ਤੇ ਅਦਾਕਾਰੀ ਤੁਸੀਂ ਦੱਸਦੇ ਕਿ ਮੈਂ ਹਰ ਚੀਜ਼ ਵਿੱਚ ਜਿਹੜਾ ਨਾ ਮੈਂ ਕੱਟ ਸਕਨੀ ਹਾਂ ਚੈਲੰਜ ਲੈ ਸਕਦੀ ਹਾਂ ਹੂੰ ਇੱਕੋ ਜਿਸ ਤਰ੍ਹਾਂ ਤੁਸੀਂ ਹੋ ਉਸ ਤਰ੍ਹਾਂ ਹੀ ਬਣ ਕੇ ਆਓਗੇ ਤੇ ਉਹ ਤੁਸੀਂ ਐਕਟਰ ਨਹੀਂ ਹੋ ਨਾ ਤੁਸੀਂ ਐਕਟਿੰਗ ਨਹੀਂ ਕਰ پا ਰਹੇ ਫਿਲਮ ਇੰਡਸਟਰੀ ਦਾ ਤੁਹਾਡੇ ਦੁਬਾਰਾ ਕਰੀਅਰ ਸਟਾਰਟ ਹੋਏਗਾ ਕਿ ਨਹੀਂ ਫਰਜ਼ੀ ਜਿਸ ਤਰ੍ਹਾਂ ਦੀ ਮੂਵੀਜ਼ ਹੁਣ ਬਣ ਰਹੀਆਂ ਨੇ ਹੁਣ ਹੋ ਸਕਦਾ ਹੋ ਸਕਦਾ ਕਿਉਂਕਿ ਹੁਣ ਬੜਾ ਅੱਛਾ ਕੰਮ ਹੋ ਰਿਹਾ ਹੈ ਪੜੇ ਲਿਖੇ ਲੋਕ ਨੇ ਪੜੇ ਲਿਖਾ ਕੰਮ ਹੈ ਡੀਸੈਂਸੀ ਹੈ ਉਹਦੇ ਵਿੱਚ ਥੋੜਾ ਡਿਟੇਲ ਵਰਕ ਹੋ ਰਿਹਾ ਹੈ ਡਿਟੇਲ ਵਰਕ ਹੈ ਬੜਾ ਸੋਬਰ ਵੀ ਹੈ ਸੋਬਰ ਵੀ ਹੈ ਠੀਕ ਹੈ ਚੰਗੀਆਂ ਪੰਜਾਬੀ ਫਿਲਮਾਂ ਵੀ ਅਸੀਂ ਬਣਾਵਾਂਗੇ ਠੀਕ ਹੈ ਹੁਣ ਸਾਡਾ ਕੰਮ ਬਹੁਤ ਅੱਛਾ ਹੋ ਰਿਹਾ ਹੈ ਔਰ ਇਨਸ਼ਾਅੱਲਾ ਇਸ ਤਰ੍ਹਾਂ ਹੀ ਅਗਰ ਜਾਰੀ ਰਹੇਗਾ ਤੇ ਫਿਰ ਇੱਕ ਵਾਰੀ ਫੇਰ ਸਾਡੇ ਸਾਡਾ ਉਹੀ ਅਰੂਝ ਅਸੀਂ ਵੇਖਾਂਗੇ ਜੋ ਹੁੰਦਾ ਸੀ ਸਾਡੇ ਸ਼ੋਬੀਜ਼ ਹਾਂ ਅੱਛਾ ਜਦੋਂ ਤੁਸੀਂ ਫਿਲਮ ਇੰਡਸਟਰੀ ਜੁਆਇਨ ਕੀਤੀ ਉਸ ਟਾਈਮ ਤੇ ਯਾਦ ਰਹਿੰਦਾ ਜਦੋਂ ਕੋਈ ਨਵਾਂ ਬੰਦਾ ਆਏ ਕਿੰਨੇ ਕਿੰਨੇ ਤਾਅਵਨ ਕੀਤਾ ਹੌਸਲਾ افزਾਈ ਕੀਤੀ ਤੇ ਕਿੰਨੇ ਕਿੰਨੇ ਹੌਸਲਾ ਛਕ ਨਹੀਂ ਕੀਤੀ ਹੌਸਲਾ افزਾਈ ਤੇ ਕਰਦੇ ਨੇ ਬਹੁਤ سارے ਲੋਕ ਕਰਦੇ ਨੇ ਤੇ ਹੌਸਲਾ ਛਕ ਨਹੀਂ ਕਿਸੇ ਨੇ ਵੀ ਨਹੀਂ ਕੀਤੀ ਮਾਸ਼ਾਅੱਲਾ ਬੜਾ ਉੱਥੇ ਵੀ ਅੱਲਾ ਨੇ ਇੱਜ਼ਤ ਹੀ ਦਿੱਤੀ ਬੜਾ ਪਿਆਰ ਮਿਲਿਆ ਬੜੀ ਇੱਜ਼ਤ ਮਿਲੀ ਅੱਛਾ ਫਿਰ ਜਿੰਨੇ ਅਸੀਂ ਗੱਲ ਕਰ ਰਹੇ ਸੀ ਕਿ ਅੱਜ ਕੱਲ੍ਹ ਜਿਹੜੇ ਨੇ ਉਹ ظاہری جڑی شکل صورت تے زیادہ محنت ساری محنت زیادہ کی ساری اور 99.9% تے کر دیندے نیں تسی ہن چونکہ دوبارہ ਅ ਕੈਰੀਅਰ ਸਟਾਰਟ ਕਰ ਰੀਜੋਇਨ ਕਰਨ ਲਗੇ ਹੋ ਜਾਂ ਰੀਸਟਾਰਟ ਕਰਨ ਲਗੇ ਹੋ ਹਾਂਜੀ ਸਹੀ ਬਤ ਤੇ ਤੁਸੀਂ ਕੀ ਸਮਝਦੇ ਹੋ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਗਰੂਮ ਕਰ ਰਹੇ ਹੋ ਕੋਈ ਸਿੰਗਿੰਗ ਵਗੈਰਾ ਨਾਲ ਸਿੱਖ ਰਹੇ ਹੋ ਕੋਈ ਰਕਸ ਜਾਂ ਕੋਈ ਹੋਰ ਚੀਜ਼ਾਂ ਕੋਈ ਹੋਰ ਆਰਟ ਨਹੀਂ ਰਕਸ ਤੇ ਮੈਨੂੰ ਪਹਿਲੀ ਬਹੁਤ ਅੱਛਾ ਆਂਦਾ ਸੀ ਮੈਂ ਉਹ ਮੈਨੂੰ ਸ਼ੌਕ ਹੈ ਮੈਂ ਮੈਂ ਮਤਲਬ ਉਹ ਉਹ ਜਦ ਕਿਚਨ ਵਿੱਚ ਵੀ ਗਾਣੇ ਲਾ ਕੇ ਖਾਣਾ ਵੀ ਬਣਾ ਰਹੀ ਹਾਂ ਤੇ ਨਾਲ ਨਾਲ ਡਾਂਸ ਵੀ ਕਰ ਰਹੀ ਹਾਂ ਇਸ ਤਰ੍ਹਾਂ ਉਹ ਤੇ ਮੈਨੂੰ ਇੰਜੋਏ ਕਰ ਕਰ ਕੇ ਖਾਣਾ ਬਣਾ ਰਹੀ ਹਾਂ ਮੈਨੂੰ 뮤직 ਬਹੁਤ ਪਸੰਦ ਹੈ ਤੇ ਆਪਣੇ ਆਪ ਨੂੰ ਰਿਵਾਈਵ ਦੁਬਾਰਾ ਇਨ ਕਰਾਉਣ ਵਾਸਤੇ ਬਸ ਅੱਜਕੱਲ ਤੇ ਤੁਹਾਨੂੰ ਪਤਾ ਹੀ ਇਹ ਸੋਸ਼ਲ ਮੀਡੀਆ ਹੈ ਉੱਥੇ ਤੁਸੀਂ ਐਕਟਿਵ ਹੋ ਜਾਓ ਤੁਸੀਂ ਇਨ ਹੋ ਗਏ ਤੇ ਬਸ ਉਹਦੇ ਵਾਸਤੇ ਤੁਹਾਨੂੰ ਖਾਸ ਕੰਮ ਹੀ ਨਹੀਂ ਕਰਨਾ ਪੈਂਦਾ ਲੇਕਿਨ ਥੋੜਾ ਜਿਹਾ ਮੁਸ਼ਕਿਲ ਵੀ ਹੈ ਹਵਾਲੇ ਨਾਲ ਹੋ ਗਿਆ ਜੇ ਕਿ ਜਿਵੇਂ ਕ੍ਰਿਕਟਰ ਤੇ ਐਕਟਰ ਇੱਕ ਕਰੀ ਗਿਆ ਤੇ ਵਾਪਸੀ ਨੂੰ ਸਣੇ ਦੇਰ ਲੱਗ ਜਾਂਦੀ ਆਣ ਲਗਿਆ ਵੀ ਦੁਬਾਰਾ ਉਹੀ ਮਕਾਮ ਬਣਾਉਣਾ ਸਹੀ ਕਹਿ ਰਹੇ ਤੁਸੀਂ ਬਿਲਕੁਲ ਤੁਸੀਂ ਮੰਜ਼ਰ ਤੋਂ ਗਏ ਹੋ ਤੇ ਲੋਕਾਂ ਨੂੰ ਤੁਸੀਂ ਭੁੱਲ ਜਾਂਦੇ ਹੋ ਤੁਸੀਂ ਕੰਟੀਨਿਊਸਲੀ ਸਕ੍ਰੀਨ ਤੇ ਨਜ਼ਰ ਆਉਂਦੇ ਹੋ ਤੇ ਤੁਸੀਂ ਬੜਾ ਅੱਛਾ ਆਰਟ ਪੇਸ਼ ਕਰਦੇ ਰਹੇ ਹੋ ਮਾਜ਼ੀ 'ਚ ਹੁਣ ਵੀ ਤੁਸੀਂ ਕਰੋਗੇ ਤੁਸੀਂ ਵੀ ਕਰੋਗੇ ਇੱਕ ਆਰਟਿਸਟ ਹੋਰ ਵੀ ਸਾਡੇ ਨਾਲ ਸਟੂਡੀਓ ਮੌਜੂਦ ਨੇ ਉਹਨਾਂ ਨਾਲ ਜਿਹੜਾ ਆਪਣਾ ਆਰਟ ਤਿਆਰ ਕਰ ਰਹੇ ਨੇ ਬਿਲਕੁਲ ਤੇ ਜੀ ਸਲੀਮ ਸਾਹਿਬ ਕਿੱਥੋਂ ਤੱਕ ਗੱਲ ਪਹੁੰਚੀ ਹੈ ਜੀ ਅਲਹਮਦੁਲਿਲਾ ਮੋਨੋਗ੍ਰਾਮ ਕੰਪਲੀਟ ਹੋ ਗਿਆ ਮਾਸ਼ਾਅੱਲਾ ਜ਼ਰੂਰ ਸਾਨੂੰ ਮੁਖਾਓ ਵਾਹ ਜੀ ਵਾਹ ਬਹੁਤ ਸ਼ਾਨਦਾਰ ਵੇਖੋ ਇਹਨਾਂ ਨੇ ਬਿਲਕੁਲ ਥੋੜੇ ਜੇ ਹੀ ਟਾਈਮ ਦੇ ਵਿੱਚ ਇਹਨਾਂ ਰਿਫਾਈਨ ਕੰਮ ਕੀਤਾ ਕਿ ਤੁਹਾਨੂੰ ਕੋਈ ਕਟ ਕੋਈ ਕਰਵ ਐਸੀ ਨਹੀਂ ਲੱਗ ਰਹੀ ਕਿ ਹਲੇ ਨੂੰ ਪਾਲਿਸ਼ ਕਰਨ ਦੀ ਲੋੜ ਹੈ ਪਰ ਬਿਲਕੁਲ ਖੂਬਸੂਰਤ ਪੀਟੀਵੀ ਦਾ ਲੋਗੋ ਲੱਕੜੀ ਦੇ ਇਛਾ ਨਾਲ ਨਜ਼ਰ ਆ ਰਿਹਾ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਸ਼ੁਕਰੀਆ ਤੇ ਜਿਹੜੀਆਂ ਸਾਡੀ ਦੋ ਅਦਾਕਾਰ ਆ ਮਾਡਲ ਐਂਕਰ ਇਹ ਸਾਰੀਆਂ ਬੈਠੀਆਂ ਯਾਨੀ ਇਹਨਾਂ ਨੂੰ ਵੀ ਕਹਾਂਗੇ ਕਿ ਤੁਸੀਂ ਤੇ ਸਟਾਰਟ ਕੀਤਾ ਤੁਸੀਂ ਰੀਸਟਾਰਟ ਕੀਤਾ ਜੀ ਜੀ ਹਾਂ ਜੀ ਸਟਾਰਟ ਤੇ ਰੀਸਟਾਰਟ ਹੋ ਗਿਆ ਹੋ ਗਿਆ ਤੁਹਾਨੂੰ ਅਸੀਂ ਸਕਰੀਨ ਤੇ देखिए छोटी स्क्रीन पे और फिर बड़ी स्क्रीन पे भी और बड़े अच्छे ऐसे यादगार कैरेक्टर्स ਦੇ ਵਿੱਚ ਵੇਖिए ਕਿ ਫਿਰ ਅਸੀਂ ਵੀ ਕਹੀਏ ਮੈਂ ਤੇ ਸੋਨੀਆ ਕਹੀਏ اچھا ਇਹਨਾਂ ਦਾ ਇੰਟਰਵਿਊ ਅਸਾਂ ਕੀਤਾ ਸੀ ਹੈਨਾ ਕਿੰਦਾ اچھا ਕੈਰੈਕਟਰ ਕੀਤਾ ਅਸੀਂ ਵੀ ਦਿਲੋਂ ਖੁਸ਼ ਹੋ ਜਾਈਓਰ ਤੁਸੀਂ ਆਪਣਾ ਕੰਟ੍ਰਿਬਿਊਟ ਕਰੋ ਬੀਇੰਗ ਅ ਐਕਟਰ ਐਕਟ੍ਰੈਸ

ਮੁੰ ਜਿਹੜਾ ਹੈ ਪ੍ਰੋਗਰਾਮ ਦਾ ਵਕਤ ਖਤਮ ਹੋ ਗਿਆ ਹੈ ਔਰ ਜਾਂਦੇ ਜਾਂਦੇ ਹਮੇਸ਼ਾ ਦੀ ਤਰ੍ਹਾਂ ਮੈਂ ਕਹਾਂਗਾ ਕਿ ਲੈਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰੱਖੇ